ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈਗਾ, ਇਸ ਦੇ ਲਈ ਸਮਾਗਮ ਹੋਣੇ ਆ ਅਤੇ ਸਮਾਗਮਾਂ ਦੇ ਲਈ ਸੱਦੇ ਵੀ ਦੇਣੇ ਸ਼ੁਰੂ ਕਰ ਦਿੱਤੇ ਗਏ ਹੈਗੇ ਆ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਲਾਂਘਾ ਤਿਆਰ ਹੋ ਰਿਹਾ, ਉਸ 'ਤੇ ਵੀ ਸਿਆਸਤ ਹੋ ਰਹੀ ਹੈ। ਸਿਆਸਤ ਦੇ ਵਿਚਾਲੇ 550 ਸਾਲਾ ਪ੍ਰਕਾਸ਼ ਪੁਰਬ, ਜਿਹੜੇ ਸਾਰੇ ਸਮਾਗਮ ਹੋਣੇ ਆ ਉਹਨਾਂ 'ਤੇ ਵੀ ਪੋਲੀਟਿਕਸ ਹੋ ਰਹੀ ਹੈ। ਸਵਾਲ ਬੜੇ ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦੇਣ ਦੇ ਲਈ ਪ੍ਰੋਟੋਕੋਲ ਕੀ ਹੋਣਾ ਚਾਹੀਦਾ, ਕ੍ਰੈਡਿਟ ਵਾਰ ਕਿਉਂ ਛਿੜੀ ਹੈਗੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਕਿਉਂ ਲਿਖੀ ਜਾਂਦੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ, ਇਹੋ ਜਿਹੇ ਸਾਰੇ ਸਵਾਲ ਪੁੱਛੇ ਜਾਣਗੇ। ਸੰਤ ਸਮਾਜ ਜਿਹੜੀ ਜਾ ਕੇ ਅਪੀਲ ਕਰਦਾ ਹੈਗਾ, ਉਸ ਅਪੀਲ ਵਿੱਚ ਕਿੰਨਾ ਦਮ ਹੈਗਾ, ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਇਸ ਪੂਰੇ ਮਸਲੇ ਨੂੰ ਨਿਬੇੜਨਗੇ ਕਿਵੇਂ, ਕਿਉਂਕਿ ਸਿਆਸਤ ਤਾਂ ਆਪਦੇ ਹੀ ਪਹਾੜੇ ਪੜਨ 'ਚ ਲੱਗੀ ਹੋਈ ਹੈ। ਸਵਾਲ ਇੱਕੋ ਪੁੱਛਾਂਗੇ, ਪ੍ਰਕਾਸ਼ ਪੁਰਬ 'ਤੇ ਪੋਲੀਟਿਕਸ ਕਿਉਂ? ਸਮਾਗਮ 'ਤੇ ਸਿਆਸਤ ਹੋ ਰਹੀ ਹੈ, ਅੱਜ ਬਹਿਸ ਇਸ ਲਈ ਕਰ ਰਹੇ ਹਾਂ। ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸੀਏ, 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਦਿੱਲੀ ਤੋਂ ਪੰਜਾਬ ਤੱਕ ਸਿਆਸਤ ਹੋ ਰਹੀ ਹੈ। ਕੇਂਦਰੀ ਬਜਟ 'ਤੇ ਸਮਾਗਮਾਂ ਲਈ ਫੰਡ ਨਾ ਐਲਾਨਣ 'ਤੇ ਕੈਪਟਨ ਨੇ ਨਾਰਾਜ਼ਗੀ ਜਤਾਈ ਹੈ, ਉਹਨਾਂ ਦੇ ਮੰਤਰੀਆਂ ਨੇ ਵੀ ਨਾਰਾਜ਼ਗੀ ਜਤਾਈ ਹੈ ਕਈਆਂ ਨੇ ਕਿ ਸਮਾਗਮ ਲਈ ਫੰਡ ਜਾਣ ਬੁੱਝ ਕੇ ਰਿਲੀਜ਼ ਨਹੀਂ ਕੀਤੇ ਜਾ ਰਹੇ। ਬਹੁਤ ਸਾਰੇ ਸਵਾਲ ਇਹੋ ਜਿਹੇ ਹੈਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਸਵਾਲਾਂ ਵਿੱਚ ਦਮ ਕਿੰਨਾ ਹੈਗਾ। ਕੈਬਨਿਟ ਮੰਤਰੀ ਰੰਧਾਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖ ਦਿੱਤੀ ਹੈ ਪ੍ਰਕਾਸ਼ ਪੁਰਬ ਮੌਕੇ। PM ਨੂੰ ਸੱਦਾ ਦੇਣ ਦੇ ਮੁੱਦੇ 'ਤੇ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ, ਹੋਰ ਵੀ ਕਈ ਉਹਨਾਂ ਨੇ ਇਸ਼ੂਸ ਆ ਜਿਹੜੇ ਉਸ ਵਿੱਚ ਦੱਸੇ ਹੈਗੇ ਆ। ਸੰਤ ਸਮਾਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਸਮਾਗਮ ਕਰਾਉਣ ਦੀ ਅਪੀਲ ਕੀਤੀ ਗਈ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਹ ਅਪੀਲ ਹੈ ਜਿਹੜੀ ਮੰਨੀ ਹੈਗੀ ਅਤੇ ਭਰੋਸਾ ਜਤਾਇਆ ਕਿ ਸਾਰੇ ਸਮਾਗਮ ਇੱਕ ਮੰਚ 'ਤੇ ਹੋਣਗੇ ਅਤੇ ਸਾਰੇ ਇਕੱਠੇ ਹੋ ਕੇ ਇਹਨਾਂ ਸਮਾਗਮਾਂ ਨੂੰ ਮਨਾਉਣਗੇ। ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਮਾਗਮ ਹੋ ਰਹੇ ਨੇ, ਉਹ ਸਮਾਗਮ ਜਿਹੜੇ ਨੇ ਇੱਕੋ ਹੀ ਸਟੇਜ ਦੇ ਉੱਤੇ ਸਾਰੇ ਇਕੱਠੇ ਹੋ ਕੇ ਜਿਹੜੇ ਆ ਮਨਾਉਣ, ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਜੋ ਸੁਨੇਹਾ ਹੈ ਉਹ ਸਮੁੱਚੇ ਵਿਸ਼ਵ ਦੇ ਵਿੱਚ ਜਾਵੇ ਅਤੇ ਸਮੁੱਚੇ ਵਿਸ਼ਵ ਦੇ ਵਿੱਚ ਹੀ ਇਹ ਸੁਨੇਹਾ ਵੀ ਜਾਵੇ ਕਿ ਸਾਰੀ ਕੌਮ ਜਿਹੜੀ ਹੈ ਉਹ ਇੱਕ ਝੰਡੇ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨਮਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇਕੱਠੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਤੋਂ ਹੀ ਯਤਨ ਕੀਤੇ ਜਾ ਰਹੇ ਨੇ ਕਿ ਇਹ ਸਮਾਗਮ ਜਿਹੜੇ ਨੇ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਸਾਰੀਆਂ ਪਾਰਟੀਆਂ, ਸਾਰੀਆਂ ਧੜੇਬੰਦੇ, ਸਾਰੇ ਜਥੇਬੰਦੀਆਂ ਸਾਰੇ ਇਕੱਠੇ ਹੋ ਕੇ ਮਨਾਈਏ। ਕੋਈ ਵੀ ਬੰਦਾ ਜਿਹੜਾ ਇਸ ਸਮਾਗਮ ਲਈ ਇਹਨਾਂ ਪ੍ਰੋਗਰਾਮਾਂ ਨੂੰ ਤਾਰ ਪਿੰਡੋ ਕਰਦਾ ਜਾਂ ਕਿਸੇ ਤਰ੍ਹਾਂ ਵੀ ਇਹਨਾਂ ਸਮਾਗਮਾਂ ਨੂੰ ਨੇਪਰੇ ਚੜ੍ਹਨ ਤੋਂ ਰੋਕਣ ਵਿੱਚ ਕੋਈ ਗਲਤ ਭੂਮਿਕਾ ਅਦਾ ਕਰਦਾ, ਉਹਦੇ ਖਿਲਾਫ਼ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਔਰ ਸਿੰਘ ਸਾਹਿਬਾਨ ਸਖ਼ਤ ਐਕਸ਼ਨ ਲੈ। 100 ਕਰੋੜ ਰੁਪਈਆ ਹਿੰਦੁਸਤਾਨ ਦੇ ਵਿੱਚ ਕੁੱਲ ਇਹਨਾਂ ਸ਼ਤਾਬਦੀ ਸਮਾਰੋਹ ਲਈ ਰੱਖਿਆ ਜਾਂਦਾ, ਜਿਹਦੇ 30 ਕਰੋੜ ਰੁਪਈਆ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਵਸ ਲਈ ਜਾਰੀ ਕਰਨ ਦਾ ਫੈਸਲਾ ਪਹਿਲਾਂ ਹੀ ਹੋ ਚੁੱਕਾ 4 ਮਹੀਨੇ ਪਹਿਲਾਂ। ਔਰ ਇਸ ਸਾਲ ਦੇ ਬਜਟ ਵਿੱਚ ਵੀ 100 ਕਰੋੜ ਰੁਪਈਆ ਜਿਹੜਾ ਸ਼ਤਾਬਦੀ ਸਮਾਰੋਹ ਲਈ ਰੱਖਿਆ ਦੇਸ਼ ਦੇ ਵਿੱਚ, ਉਹਦੇ ਵਿੱਚੋਂ ਕਿੰਨੇ ਫੰਡ ਦੇਣੇ ਨੇ, ਕਿਵੇਂ ਐਲੋਕੇਸ਼ਨ ਕਰਨੀ ਆ, 2 ਅਗਸਤ ਦੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਵੱਲੋਂ ਮੀਟਿੰਗ ਰੱਖੀ ਆ। ਪਰ ਇੱਕ ਜ਼ਰੂਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਬਜਟ ਜਿਹੜਾ ਪੇਸ਼ ਹੋਇਆ ਸੀ ਉਹਦੇ 'ਚ ਗੁਰੂ ਨਾਨਕ ਸਾਹਿਬ ਦੀ 550 ਸਾਲਾਂ ਲਈ ਗਵਰਨਮੈਂਟ ਆਫ ਇੰਡੀਆ ਵੱਲੋਂ ਕੋਈ ਅਨਾਊਂਸਮੈਂਟ ਨਾ ਕਰਨੀ, ਇਹ ਬੜੀ ਮੰਦਭਾਗੀ ਗੱਲ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜੀ ਇਕੱਲੀ ਸਿੱਖਾਂ ਦੇ ਲੀਡਰ ਨਹੀਂ ਸੀਗੇ, ਉਹ ਪੂਰੀ ਲੁਕਾਈ ਦੇ ਸੀਗੇ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿਆਸਤ ਕਿਹੜੇ ਰਾਹ 'ਤੇ ਚੱਲ ਪਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਫਲਸਫਾ ਦਿੱਤਾ ਸੀ ਸਾਂਝੀਵਾਲਤਾ ਦਾ, ਪਰ ਸਿਆਸਤ ਇਸ ਸਾਂਝੀਵਾਲਤਾ ਦਾ ਰਾਹ ਛੱਡ ਤਾਂ ਨਹੀਂ ਰਹੀ ਹੈ ਕਿ ਸਵਾਲ ਇਸੇ 'ਤੇ ਪੁੱਛਿਆ ਜਾਵੇਗਾ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ, ਡਾਕਟਰ ਮੇਜਰ AP ਸੁਨਵਾਰੀਆ, ਭਾਰਤੀ ਜਨਤਾ ਪਾਰਟੀ ਬੁਲਾ ਰਿਹਾ ਸੁਨਵਾਰੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਤਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਬੁਲਾ ਰਿਹਾ ਗਿੱਲ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਕੁਲਵੀਰ ਸਿੰਘ ਸਿੱਧੂ, ਸਾਬਕਾ IAS ਨੇ, ਕੁਲਵੀਰ ਸਿੰਘ ਸਿੱਧੂ ਹੋਰਾਂ ਦੇ ਜਦੋਂ ਇਹਨਾਂ ਨੇ ਆਪਣਾ ਕਾਰਜਕਾਲ ਨਿਭਾਇਆ ਹੈਗਾ ਬਤੌਰ ਡਿਪਟੀ ਕਮਿਸ਼ਨਰ, ਬਤੌਰ ਕਮਿਸ਼ਨਰ, ਅਤੇ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕਈ ਸ਼ਤਾਬਦੀ ਸਮਾਗਮ ਹੈ ਜਿਹੜੇ ਪੰਜਾਬ ਦੇ ਵਿੱਚ ਮਨਾਏ ਗਏ ਹੈਗੇ ਆ, ਇਹਨਾਂ ਨੂੰ ਵੀ ਜ਼ਿੰਮੇਵਾਰੀ ਸਰਕਾਰ ਵੱਲੋਂ ਮਿਲਦੀ ਰਹੀ ਹੈਗੀ ਹੈ, ਚਾਹੇ ਉਹ ਖਾਲਸਾ ਪੰਥ ਦੀ ਸਾਜਨਾ ਦੇ 300 ਸਾਲਾਂ ਹੋਣ, ਸ਼ਤਾਬਦੀ ਸਮਾਰੋਹ, ਚਾਹੇ ਇਸ ਤੋਂ ਇਲਾਵਾ ਕੋਈ ਹੋਰ ਸਮਾਰੋਹ ਹੋਣ, 1999 ਤੋਂ 2007 ਦੇ ਵਿਚਾਲੇ, ਜੇ ਮੈਂ ਗਲਤ ਨਹੀਂ ਹਾਂ ਸਿੱਧੂ ਸਾਹਿਬ, ਅਤੇ ਉਹਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਸਮਾਗਮ ਜਿਹੜੇ ਕਰਵਾਏ, ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹਨਾਂ ਸਮਾਗਮਾਂ ਦੇ ਵਿੱਚ ਵਾਲੇ ਉਦੋਂ ਕਿਹੜੀ ਸਿਆਸਤ ਹੋਈ ਅਤੇ ਹੁਣ ਕਿਹੜੀ ਸਿਆਸਤ ਨਵੀਂ ਹੋ ਰਹੀ ਹੈ। ਸਿੱਧੂ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਪ੍ਰੋਫੈਸਰ ਮਨਜੀਤ ਸਿੰਘ ਤੁਹਾਨੂੰ ਕਰਨਾ ਚਾਹੂੰਗਾ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਪਾਰਟੀਸ ਨੇ ਤਾਂ ਸਿਆਸਤ ਕਰਨੀ ਕਰਨੀ ਹੈ, ਅਤੇ ਜਦੋਂ ਪੋਲੀਟੀਕਲ ਪਾਰਟੀਆਂ ਸਿਆਸਤ ਕਰਦੀਆਂ ਹੈਗੀਆਂ ਤਾਂ ਫਿਰ ਇਸ ਨੂੰ ਇਸ ਤਰੀਕੇ ਨਾਲ ਰੰਗ ਚਾੜਿਆ ਜਾ ਰਿਹਾ ਹੈਗਾ ਕਿ ਅਸੀਂ ਸਿੱਖਾਂ ਦੇ ਨੁਮਾਇੰਦੇ ਹੈਗੇ ਹਾਂ, ਅਸੀਂ ਪੰਥ ਦੇ ਨੁਮਾਇੰਦੇ ਹੈਗੇ ਹਾਂ, ਸਵਾਲ ਇਹ ਹੈਗਾ ਪ੍ਰੋਫੈਸਰ ਮਨਜੀਤ ਸਿੰਘ, ਇਹ ਸਿਆਸਤਾਂ ਦੀ ਜ਼ਰੂਰਤ ਹੈ ਜਾਂ ਨਹੀਂ? ਦੇਖੋ, ਪਹਿਲਾਂ ਹੀ ਸਾਡੀਆਂ ਨਾ ਕਈ ਕਮੀਆਂ ਪੇਸ਼ੀਆਂ ਕਰਕੇ ਮੈਂ ਸਖ਼ਤ ਕਿਸੇ ਕਿਸਮ ਦੇ ਸ਼ਬਦ ਨਹੀਂ ਵਰਤਣਾ ਚਾਹੁੰਦਾ, ਕਿਉਂਕਿ ਉਹ ਵੀ ਇੱਕ ਪੋਲਿਟਿਕਸ ਹੋਊਗੀ। ਸਾਡੇ ਸਿੱਖ ਸਮੁਦਾਇ ਦੇ, ਸਾਡੇ ਜਿਹੜੀ
ਉਹਨਾਂ ਦੀਆਂ ਕਮੀਆਂ ਪੇਸ਼ੀਆਂ ਕਰਕੇ ਅਸੀਂ ਆਪਣੇ ਆਪ ਨੂੰ ਜਿਹੜੀ ਸਿੱਖ ਫਲਸਫਾ ਸੀ ਜਾਂ ਸਿੱਖ ਲਹਿਰ ਸੀ ਉਹਨੂੰ ਬੜਾ ਸੁਕੇੜ ਕੇ ਰੱਖਤਾ, ਬੜਾ ਉਹਦਾ ਨੈਰੋ ਫਰੇਮ 'ਚ ਅਸੀਂ ਰੱਖਤਾ। ਪਰ ਇਹ ਇੱਕ ਕੁਦਰਤੀ ਸਾਨੂੰ ਮੌਕਾ ਆ 550ਵਾਂ ਪ੍ਰਕਾਸ਼ ਪੁਰਬ, ਜਿੱਥੇ ਉਹ ਜਿਹੜਾ ਅਸੀਂ ਬਹੁਤ ਕੁਝ ਵਿਸਰ ਚੁੱਕੇ ਹਾਂ। ਅੱਜ ਉਹ ਇੱਕ ਦਰਵੇਸ਼ ਦਾਰਸ਼ਨਿਕ ਸੀਗੇ ਗੁਰੂ ਨਾਨਕ ਦੇਵ ਜੀ, ਔਰ ਉਹਨਾਂ ਦਾ ਅਸਲੀ ਮੈਸੇਜ ਕੀ ਸੀ? ਜਾਤ ਪਾਤ ਦੇ ਵਿਰੁੱਧ ਕਿਰਤ, ਜਿਹੜਾ ਕਿ ਕਿਸੇ ਜਾਤ ਦੀ ਜਿਹੜੀ ਕੋਈ ਖਾਸ ਕਿਰਤੀ ਆ ਉਹਨਾਂ ਨੂੰ ਆਪਾਂ ਬਿਲਕੁਲ ਖਦੇੜ ਕੇ ਰੱਖਦੇ ਹਾਂ, ਦਰਕਿਨਾਰ ਕਰਕੇ ਰੱਖਦੇ ਹਾਂ, ਜਿਨ੍ਹਾਂ ਨੂੰ ਦਲਿਤ ਕਹਿ ਦਿੰਦੇ ਹਾਂ, ਉਹਨਾਂ ਦੇ ਹੱਕ 'ਚ ਆਵਾਜ਼ ਉਠਾਉਣੀ, ਕਿਰਤ ਦੀ ਕਦਰ ਕਰਨੀ, ਬਰਾਬਰਤਾ ਹੋਣੀ, ਇਨਸਾਫ ਹੋਣਾ, ਇਹ ਸਾਰੇ ਜਿਹੜੇ ਬੇਸਿਕ ਫਲਸਫਾ, ਇਹ ਕੋਈ ਧਾਰਮਿਕ ਇਹਦੇ 'ਚ ਕੋਈ ਬਹੁਤ ਕੰਟੈਂਟ ਨਹੀਂ ਹੈ, ਜਿੰਨਾ ਇਹਦਾ ਇੱਕ ਬੜਾ ਪੋਲੀਟੀਕਲ ਅਤੇ ਰੈਵੋਲਿਊਸ਼ਨਰੀ ਇਨਕਲਾਬੀ ਸਮਾਜਿਕ ਅਤੇ ਸੱਭਿਆਚਾਰਕ ਤੌਰ 'ਤੇ ਮੈਸੇਜ ਹੈਗਾ, ਉਸ ਨੂੰ ਆਪਾਂ ਦੁਬਾਰਾ ਸਾਰੀ ਦੁਨੀਆ 'ਚ ਕਿਵੇਂ ਸਪਰੈਡ ਕਰਨਾ, ਇੱਕ ਬਹੁਤ ਵੱਡਾ ਮੌਕਾ। ਇਸੇ ਕਰਕੇ ਪਾਕਿਸਤਾਨ 'ਚ ਵੀ ਉਨੀਆਂ ਹੀ ਤਿਆਰੀਆਂ ਹੋ ਰਹੀਆਂ ਜਿੰਨੀਆਂ ਇਸ ਪਾਸੇ ਇਸ ਪੰਜਾਬ 'ਚ ਹੋ ਰਹੀਆਂ। ਇਹ ਕਿਸੇ ਧਰਮ, ਮਜ਼ਹਬ, ਫਿਰਕੇ, ਜਾਤ, ਕਿਸੇ ਦਾ, ਇਹ ਸਮੁੱਚੀ ਮਨੁੱਖਤਾ ਲਈ ਇੱਕ ਨਵਾਂ ਦਰਵਾਜ਼ਾ, ਨਵਾਂ ਇੱਕ ਉਪਰਾਲਾ ਹੈ ਖੁੱਲ੍ਹਣ ਦਾ। ਇਸ ਕਰਕੇ ਮੇਰਾ ਖਿਆਲ ਹੈ ਕਿ ਜਿਸ ਕਿਸਮ ਨਾਲ ਅਸੀਂ ਇਸ ਨੂੰ ਅਜੇ ਵੀ ਛੋਟੀਆਂ ਛੋਟੀਆਂ ਨੈਰੋ ਪੋਲੀਟੀਕਲ ਐਂਡ ਲਈ, ਰਾਜਨੀਤਿਕ ਆਪਣੇ ਸਵਾਰਥਾਂ ਲਈ ਜਿਸ ਪਾਸੇ ਨੂੰ ਵਿੱਚ ਵਿੱਚ ਲਿਜਾਂਦੇ ਹਾਂ, ਪੂਰਾ ਖੁੱਲ੍ਹ ਕੇ ਨਹੀਂ ਅਜੇ ਗਿਆ, ਪਰ ਜੇ ਨਾ ਰੋਕਾਂਗੇ, ਜਿਸ ਤਰ੍ਹਾਂ ਦਾ ਅੱਜ ਤੁਸੀਂ ਪ੍ਰੋਗਰਾਮ ਰੱਖਿਆ, ਜੇ ਅਸੀਂ ਨਹੀਂ ਇਸ ਗੱਲ ਦੀ ਆਵਾਜ਼ ਉਠਾਵਾਂਗੇ ਤਾਂ ਇਹ ਹੋ ਸਕਦਾ ਕਿ ਇਹਦੇ 'ਚ ਕੋਈ ਮੈਸੇਜ ਜਾਣ ਦੀ ਜਗ੍ਹਾ ਬੜਾ ਉਲਟਾ ਮੈਸੇਜ ਆਏ ਕਿ ਇਹ ਤਾਂ ਲੋਕ ਇਹੋ ਜਿਹੇ ਹੁੰਦੇ। ਠੀਕ ਹੈ, ਕੁਲਵੀਰ ਸਿੰਘ ਸਿੱਧੂ ਸਾਹਿਬ, ਮੈਂ ਆ ਰਿਹਾ ਸਿਆਸਤ ਕੋਲ ਬਾਅਦ 'ਚ ਆਊਂਗਾ। ਕੁਲਵੀਰ ਸਿੰਘ ਸਿੱਧੂ ਸਾਹਿਬ, ਤੁਸੀਂ ਬਤੌਰ ਪ੍ਰਬੰਧਕ ਮੈਂ ਕਹਾਂ, ਬਤੌਰ ਪ੍ਰਸ਼ਾਸਨਿਕ ਅਧਿਕਾਰੀ ਕਹਾਂ, ਸਰਕਾਰ ਦੇ ਨੁਮਾਇੰਦੇ ਵਜੋਂ ਤੁਸੀਂ ਕੰਮ ਕਰਦੇ ਹੋ, ਜਦੋਂ ਸ਼ਤਾਬਦੀ ਸਮਾਗਮ ਹੁੰਦੇ ਸੀ ਉਦੋਂ ਵੀ ਇਹੋ ਜਿਹੀ ਸਿਆਸਤ ਹੁੰਦੀ ਸੀ ਜਾਂ ਇਸ ਵਾਰੀ ਸਿਆਸਤ 'ਚ ਕੁਛ ਨਵਾਂ ਦੇਖ ਰਿਹਾ ਤੁਹਾਨੂੰ? KP ਸਿੰਘ ਸਾਹਿਬ, ਗੱਲ ਇਹ ਹੈ ਕਿ 1999 ਦੀ ਖਾਲਸਾ ਸਿਰਜਣਾ ਦਿਵਸ ਦੀ ਜਿਹੜੀ 300 ਸਾਲਾ ਸ਼ਤਾਬਦੀ ਸੀ, ਉਹ ਨੂੰ ਅਸੀਂ ਇੱਕ ਕੱਟ ਆਊਟ ਡੇਟ ਰੱਖੀ ਜਾ ਸਕਦੀ, ਸ਼ਤਾਬਦੀਆਂ ਉਦੋਂ ਪਹਿਲਾਂ ਵੀ ਮਨਾਈਆਂ ਗਈਆਂ, 1966 ਤੋਂ 1969, 1966, 1966, 1969, ਉਸ ਤੋਂ ਬਾਅਦ 1975 ਗੁਰੂ ਤੇਗ ਬਹਾਦਰ ਪਾਤਸ਼ਾਹੀ ਸ਼ਹੀਦੀ ਜੀ। ਪਰ ਜਿਹਨੂੰ ਅਸੀਂ ਕਹੀਏ ਕਿ ਬਹੁਤ ਹੀ ਮੈਗਨਮ ਓਪਸ, ਜਿਹਨੂੰ ਕਹਿੰਦੇ ਹਾਂ ਕਿ ਅਨਹਰਡ ਆਫ ਇਵੈਂਟ, ਜਿਸ ਪੱਧਰ 'ਤੇ ਉਹ ਮਨਾਈ ਗਈ ਸੀ, ਉਹ 1999 ਤੋਂ ਸ਼ੁਰੂ ਹੋਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਦਾਰਤ 'ਚ। ਉਸ ਤੋਂ ਬਾਅਦ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਵੇਲੇ 5 ਜਾਂ 6 ਸ਼ਤਾਬਦੀਆਂ, 300 ਸਾਲਾ ਇਤਿਹਾਸਿਕ ਇਵੈਂਟਸ ਆਈਆਂ, ਜਿਨ੍ਹਾਂ ਦੇ ਵਿੱਚੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਗੁਰੂ ਅੰਗਦ ਦੇਵ ਪਾਤਸ਼ਾਹ ਦਾ ਜਨਮ ਦਿਹਾੜਾ 18 ਅਪ੍ਰੈਲ 2004 ਖਡੂਰ ਸਾਹਿਬ, ਸਭ ਤੋਂ ਫਿਰ ਉਸ ਦੇ ਵਿੱਚ ਮਹੱਤਤਾ ਵਾਲੀ ਗੱਲ ਸੀ ਪ੍ਰਕਾਸ਼ ਉਤਸਵ 1 ਸਤੰਬਰ 2004 ਨੂੰ ਆਇਆ। ਉਸ ਤੋਂ ਇਲਾਵਾ ਫਿਰ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ 500 ਸਾਲਾ, ਔਰ ਫਿਰ ਆਪਾਂ ਗੱਲ ਕਰੀਏ ਭਗਤ ਸਿੰਘ ਸਾਹਿਬ ਦੀ ਜਨਮ ਸ਼ਤਾਬਦੀ, ਭਗਤ ਸਿੰਘ ਦੇ ਨਵਾਂ ਸ਼ਹਿਰ ਹੋ ਗਿਆ, ਔਰ ਅਮਰਿੰਦਰ ਸਿੰਘ ਸਾਹਿਬ ਦੇ ਜਿਹੜੇ 75ਵਾਂ ਉਹਨਾਂ ਦਾ ਮਾਰਟਿਡਮ ਡੇ 2006 'ਚ ਆਇਆ। ਇਤਿਹਾਸਿਕ ਪੱਖ ਤੋਂ, ਕੌਮੀ ਪੱਖ ਤੋਂ ਬਹੁਤ ਵੱਡੀ ਗੱਲ ਅਸੀਂ ਕੀਤੀ ਹੈ, ਕਰਦੇ ਰਹੇ ਹਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਅਤੇ ਇਤਿਹਾਸ ਦੇ ਸਿਰਜਣਹਾਰਾਂ ਨੂੰ ਅਸੀਂ ਯਾਦ ਕਰਦੇ ਰਹੇ ਹਾਂ, ਇਹ ਕੌਮਾਂ ਦੀ ਚੰਗੀ ਕਿਸਮਤ। ਪਰ ਇਸ ਵਿੱਚ ਦੋ ਖਿਲਾਅ ਉਦੋਂ ਵੀ ਸਨ, 1999 ਵੇਲੇ ਵੀ, 2004 ਦੇ ਵਿੱਚ ਵੀ ਰਹੇ ਅਮਰਿੰਦਰ ਸਿੰਘ ਸਾਹਿਬ ਵੇਲੇ, ਅਤੇ ਅੱਜ ਵੀ ਦਿਸ ਰਹੇ। ਕੀ ਖਿਲਾਅ ਸੀਗੇ? ਹਾਂ, ਪਹਿਲਾ ਖਿਲਾਅ ਇਹ ਕਿ ਜਦੋਂ ਅਸੀਂ ਇਹ ਸ਼ਤਾਬਦੀਆਂ ਮਨਾਉਂਦੇ ਹਾਂ, ਖਾਸ ਤੌਰ 'ਤੇ ਸਾਡੀਆਂ ਜਿਹੜਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਇਸ ਦਾ ਇੱਕ ਇਥੋਸ ਪਾਰਟ ਹੈ ਜਿਹਨੂੰ ਅਸੀਂ ਬੌਧਿਕ ਪਾਰਟ ਕਹਿੰਦੇ ਹਾਂ, ਇੱਕ ਇਸ ਦਾ ਡੈਡੀਕੇਸ਼ਨ, ਡੀਡਸ, ਕੁਰਬਾਨੀਆਂ, ਜਿਸ ਨੂੰ ਅਸੀਂ ਪੈਥੋਸ ਕਹਿੰਦੇ ਹਾਂ, ਭਾਵਨਾਤਮਕ, ਉਹ ਦੋਨੋਂ ਆਸਪੈਕਟਸ ਨੂੰ ਅਸੀਂ ਬਿਲਕੁਲ ਇਗਨੋਰ ਹੀ ਕਰਦੇ ਰਹੇ ਹਾਂ, ਅਤੇ ਸਤਹੀ ਲੈਵਲ ਦੇ ਉੱਤੇ ਅਸੀਂ ਢੋਲ ਢਮੱਕੇ 'ਤੇ ਹੀ ਜ਼ੋਰ ਜ਼ਿਆਦਾ ਰਹਿ ਗਿਆ। ਦੂਜਾ ਖਿਲਾਫ ਕਹਿਣ ਦੇ ਬਾਵਜੂਦ ਕਿ ਖਾਲਸਾ ਸਿਰਜਣਾ ਦੇ ਵਿੱਚ ਜ਼ਾਤ ਪਾਤ ਦਾ ਫੀਲਿੰਗ ਨਹੀਂ ਸੀ, ਉਹਦੇ ਵਿੱਚ ਮਜ਼ਹਬ ਮਿਲਤ ਦਾ ਸਵਾਲ ਨਹੀਂ ਸੀ, ਮੁੱਖ ਮੰਤਰੀ ਸਾਹਿਬ ਦੇ, ਕਿਉਂਕਿ ਮੁੱਖ ਮੰਤਰੀ ਕਿਸੇ ਸਮੇਂ ਦਾ, ਆਪਣੇ ਸਮੇਂ ਦਾ ਨੰਬਰ 1 ਹੈ ਤੁਹਾਡੇ ਕੌਮ ਦਾ ਰਹਿਬਰ, ਉਹਨਾਂ ਦੇ ਕਹਿਣ ਦੇ ਬਾਵਜੂਦ ਵੀ
कि चारे दरवाजे खुले है, पर चारे दरवाजों के मैं उस वे बतौर डीसी रोपड़ अज कोई चूली नंदा नहीं करता, आई वॉज पार्ट टू दैट। कितने टौड़ा साहब ना तफरका पै गया, कितने कांग्रेस की स्टेज नहीं लगन देनी, तो यहोजे तफरके कहने का मतलब सियासत हावी हो गई साढ़े धार्मिक। कुछ नवा नहीं हो रहा ना कुलवीर सिंह सिद्धू साहब, कुछ नवा नहीं हो रहा ना, रवायत है ना। हाँ जी, चलो एक छोटा जिहा वक्फा लवांगे, वक्फे वापस आवांगे। प्रकाशपुर उत्ते पॉलिटिक्स क्यों ये नवी नहीं हो रही? सिद्धू साहब कहिंदे आ पहलां भी हुंदी आई आ, पहलां कुछ होर पहलू हुंदे सीगे, हुण शायद कुछ होर पहलू हो जाण, पहलां कुछ स्टेक होल्डर होर होणगे, हुण कुछ होर हो जाण। पर सवाल आ पॉलिटिक्स क्यों की जा रही है? गुरु नानक साहब के फलसफे नूं समझण की कोशिश करनी है, फिर पॉलिटिक्स नूं छड्डना पवेगा, एक मंच ते इकट्ठे होना पवेगा। असीं तां इह अपील कर रहे हैं एक मंच ते इकट्ठे होवो, जे तुसीं सारे समागम है जिहड़े उह सांझे रूप में मनाउणे है, जे नहीं होवोंगे तो फिर असी डिबेट करते रहेंगे, तुसी आपकी पॉलिटिक्स करते रहियो, पर कौम नूं तुसी सुनेहा नहीं दे सकते। असी इत्थों निंदा करो वेख तो वापस आ रहे हैं। असी सवाल क्यों पुछ रहे? वड्डा सवाल असी पुछ रहे हैं 555वां प्रकाशपुरब मनाउण लई सियासत किहड़े राह ते चल रही है? कि सतिंदर सिंह गिल, श्रोमणी अकाली दल ते इह सवाल वार वार उठते है कि श्रोमणी अकाली दल सोड़ी सियासत करता पिया। सुखजिंदर सिंह रंधावा हरा ने जिहड़ी जहिदर साहब नूं चिट्ठी लिखी हैगी, उस विच SGPC दा रोल है जिहड़ा ते तुहाडा रोल हैगा, उस ते सवाल चुके गए है, की जवाब दोंगे रंधावा साहब दी चिट्ठी दा? पहली गल ते रंधावा साहब सवाल चुकन दी लोड़ ही नहीं सी उहनां नूं, जदों जथेदार साहब ने 5 मैंबरी कमेटी तैयार की हुई है, जे कोई इशू हो जे सी तुसी उहनां को जांदे अप्रोच करदे, मीडिया 'च तो आउण दी लोड़ ही नहीं सी इस गल की। सियासत तो उन्होंने शुरू की है, साढ़े वालों कित कोई सियासत नहीं। SGPC फंक्शनज नू होस्ट कर रही है, श्रोमणी अकाली दल बैकट्रैक ते है, होस्ट सारे प्रोग्राम जिहड़े भी SGPC वल्लों जिहड़ा वफ्द मोदी साहब नू इनवाइट करन गया सीगा, सवाल उस ते गवर्नमेंट पहला भी इनवाइट कर रही है जी, कांग्रेस दे जाए पहला भी मंत्री जी, ओ तां फिर उन्होंने तुहानू कहा ना असीं तां इनवाइट कर चुके आ, ओ तां कह रहे तुसीं इहदे सियासत करदे पए हो ना, फिर प्रोटोकॉल की है सिंदर सिंह गिल, प्रोटोकॉल की है? सरकार दा प्रोटोकॉल है उत्थे जाणा, जां श्रोमणी अकाली दल दे वफ्द दा प्रोटोकॉल? सरकार नुमाइंदे अपने चले गए, श्रोमणी अकाली दल अपना इनविटेशन दे आई, इह च की सियासत है? जवाब करिए जे प्रोटोकॉल ये कहता है कि SGPC सारा कुछ SGPC दे पंजाब सरकार कर रही है ना समागम इत्थों दे, SGPC होस्ट कर रही है, SGPC होस्ट कर रही ना, SGPC होस्ट दे तौर ते अग्गे लगदी ना श्रोमणी अकाली दल दे प्रधान नूं अग्गे लगण दी की जरूरत सी? जदों मोदी साहब इनवाइट कर गए साहब नाल गए प्रधान साहब गए ने श्रोमणी अकाली दल प्रधान, उच की गल तां दसो। चलो पहली गल सियासत कोई नहीं कर रहा अज्ज सरवारे साहब जी, KP तुहाडे ते सवाल उठदे आ कि बजट दे विच तुसीं जानबुझ के प्रकाशपुर दे समागमां नूं पासे रख्या हैगा, की जवाब दो? KP जी मैं तो बहुत शर्म आती है कि इन्ना बड़ा पर्व महापर्व 550 साल जन्मोत्सव जो साढ़े भारतवर्ष वास्ते नहीं सारे वर्ल्ड के नानक नाम नेवा करोड़ों लोगों का जोड़ा फंक्शन है, उन्हों एक कांग्रेसी इन्ना नीचे लिया है कि उन्हों बजट भी जगह दिती जाओ। ये जोड़ा बजट प्रधानमंत्री जी के नेतृत्व से लेखा जोखा हुण बही खाता लिया है, प्रधानमंत्री खुद पहले दिन तो मैं तुहानू याद दिलाना चाहता सी कई डिबोट की डिबेट इतने किए करतारपुर लांघा से, प्रधानमंत्री जी पहले दिन तो गुरु नानक जी के चरणा से नतमस्तक होके पूरे एफर्ट करके जड़ा सब तो मुश्किल काम सी, मैं ये भी कहना चाहता कि साड़ी सरकार कदे पाकिस्तान नाल गल नहीं करना चाहती सी, बट भावना गुरु नानक जी दे नाम लेवा दी भावना नू सोच दे ओ बातचीत करनी शुरू हुई। ਹੁਣ ਬਜਟ ਦੀ ਗੱਲ ਕਰਦੇ ਪਹਿਲ ਪਾਕਿਸਤਾਨ ਨੇ ਕੀਤੀ ਨਾ ਪਹਿਲ ਪਾਕਿਸਤਾਨ ਨੇ ਉਹ ਡਿਬੇਟ ਅਸੀਂ ਪਹਿਲੇ ਕਰ ਚੁੱਕੇ ਨੇ ਸੁਣਾ ਸ਼ੁਕਰਗੁਜ਼ਾਰ ਹਾਂ ਕਰ ਚੁੱਕੇ ਨੇ ਛੋਟਾ ਜਿਹਾ ਜਵਾਬ ਹੈ ਸਤਨਵਾਰੀਆ ਸਾਹਿਬ ਉਹਨਾਂ ਦੇ ਤੇ ਸ਼ੁਕਰਗੁਜ਼ਾਰ ਹਾਂ ਦਰਸ਼ਕਾਂ ਨੂੰ ਸਹੀ ਜਾਣਕਾਰੀ ਮਿਲਣੀ ਚਾਹੀਦੀ ਹੈ ਪਹਿਲ ਪਾਕਿਸਤਾਨ ਨੇ ਕੀਤੀ ਬਿਲਕੁਲ ਸ਼ੁਕਰਗੁਜ਼ਾਰ ਅਸੀਂ ਕਦੇ ਨਹੀਂ ਕਿ ਪਹਿਲ ਪਾਕਿਸਤਾਨ ਨੇ ਕੀਤੀ ਪਰ ਰੋੜੇ ਵੀ ਬਹੁਤ ਅਟਕਾਏ ਉਹਨੇ ਪਾਕਿਸਤਾਨ ਹੁਣੇ ਵੀ ਰੋੜੇ ਅਟਕਾ ਰਿਹਾ ਉੱਥੇ ਅਸੀਂ ਜੋ ਅਸੀਂ ਕਹਿੰਦੇ ਹਾਂ ਕਿ ਵੀ ਤੁਸੀਂ ਫ੍ਰੀ 5000 ਉਹ ਇੰਨੇ ਆਦਮੀ ਆਣ ਦੇਵਾਂਗੇ ਇੰਨੇ ਰੋਕਾਂਗੇ ਉਹ ਬਹੁਤ ਸਾਰੀ ਡਿਬੇਟ ਹੋ ਚੁੱਕੀ ਹੈ ਹੁਣ ਬਜਟ ਦੀ ਗੱਲ ਕਰਦੇ ਇੰਨੇ ਬੜੇ ਮਹਾਪਰਵ
ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀ ਜਦੋਂ ਇਹ ਡਿਸੀਜਨ ਹੋਇਆ ਸੀ ਕੈਬਨਿਟ ਵਿੱਚ ਕਿ ਖੋਲ੍ਹਾਂਗੇ, ਕਹਿੰਦਾ ਸਾਨੂੰ ਪੈਸਾ ਸਾਡੇ ਕੋਲ ਪੈਸਾ ਨਹੀਂ ਹੈ। ਪ੍ਰਧਾਨ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਤਾ ਔਰ ਕਾਫੀ ਆਈ ਥਿੰਕ ਮੈਨੀ ਮੈਨੀ 100 ਕਰੋੜ ਰੁਪੀਸ ਵਰ ਸੈਂਕਸ਼ਨ ਪਾਰ ਦਿਸ ਕਰਤਾਰਪੁਰ ਗਲੀਆਰਾ, ਔਰ ਹੁਣ ਵੀ ਬਜਟ ਦੀ ਲੋੜ ਨਹੀਂ ਹੈ। ਭਾਰਤ ਸਰਕਾਰ ਉਸ ਮਹਾਨ ਕਿਰਦਾਰ ਦੇ ਉਤਸਵ ਵਾਸਤੇ ਕਿੰਨਾ ਵੀ ਖਰਚ ਹੋਊਗਾ, ਜਬ ਮੰਤਰੀ ਜੀ ਮੰਗੂਗੇ, ਮੁੱਖ ਮੰਤਰੀ ਜੀ ਮੰਗੇਗੇ, ਵੀ ਵਿਲ ਗਿਵ ਇਟ ਟੂ ਦੈਟ। ਠੀਕ ਹੈ, ਪ੍ਰਸਮਜੀਤ ਸਿੰਘ ਦੋ ਸਵਾਲ ਹੈ ਤੁਹਾਡੇ ਕੋਲ। ਇੱਕ ਤਾਂ ਪਹਿਲੇ ਸਵਾਲ ਦਾ ਇਹ ਜਵਾਬ ਦਿਓ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ, ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਰਸਮੀ ਤੌਰ 'ਤੇ ਕਬੂਲਿਆ ਨਹੀਂ ਕਬੂਲਿਆ, ਸਵਾਲ ਬਾਅਦ ਦਾ ਹੈਗਾ। ਸਵਾਲ ਇਹ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲਾ ਵਫਦ ਉੱਥੇ ਜਾਣਾ ਚਾਹੀਦਾ ਸੀ ਕਿ ਨਹੀਂ? ਦੇਖੋ ਸਭ ਤੋਂ ਪ੍ਰੋਟੋਕੋਲ ਕੀ ਕਹਿੰਦੇ ਆ? ਨਹੀਂ ਦੇਖੋ, ਤੇ ਬਹੁਤ ਸਟੂਡੈਂਟਸ ਨੂੰ ਪੜਾਇਆ ਪ੍ਰਸਮਨਜੀਤ ਸਿੰਘ, ਨਹੀਂ ਨਹੀਂ ਕੇਪੀ ਸਿੰਘ ਜੀ ਦੇਖੋ, ਇਹ ਨਾ ਇਹਦੇ 'ਚ ਦੋ ਧਿਰਾਂ ਸ਼ਾਮਿਲ ਹੈ, ਤੀਜੀ ਧਿਰ ਦਾ ਕੋਈ ਉੱਥੇ ਮਤਲਬ ਨਹੀਂ। ਇੱਕ ਧਿਰ ਹੈ ਧਾਰਮਿਕ, ਦੂਜੀ ਹੈ ਸਰਕਾਰੀ। ਜਿਹੜੀ ਸਾਡੀ ਐਸ ਜੀ ਪੀ ਸੀ ਆ, ਉਹ ਸਮੁੱਚੇ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੈਗੀ ਹੈ, ਉਹ 'ਚ ਤਾਂ ਕੋਈ ਕਿਸੇ ਨੂੰ ਕਿੰਤੂ ਪਰੰਤੂ ਨਹੀਂ, ਉਹ ਹੀ ਇਹ ਸਾਰੀ ਚੀਜ਼ ਨੂੰ ਹੋਸਟ ਕਰ ਰਹੀ ਹੈ। ਪਰ ਹੋਸਟ ਦੇ ਨਾਲ ਨਾਲ ਜਿਹੜੇ ਉਹ ਸਾਰੇ ਫੰਕਸ਼ਨ ਨੂੰ ਸਿਰੇ ਚਾੜਨਾ, ਜੋ ਮੈਨੇਜਮੈਂਟ ਕਰਨੀ ਆ, ਉਹ ਕਾਂਗਰਸ ਨੇ ਨਹੀਂ ਕਰਨੀ, ਉਹ ਪੰਜਾਬ ਸਰਕਾਰ ਨੇ ਕਰਨੀ। ਉਹ ਜੇ ਅਕਾਲੀਆਂ ਦੀ ਹੁੰਦੀ ਤਾਂ ਉਹਨਾਂ ਨੇ ਕਰਨੀ ਸੀ, ਜੇ ਹੁਣ ਜੇ ਕਾਂਗਰਸ ਦੀ ਹੈਗੀ ਹੈ ਤੇ ਇਹਨਾਂ ਨੇ ਕਰਨੀ, ਯਾਨੀ ਕਿ ਪੰਜਾਬ ਸਰਕਾਰ ਤੇ ਐਸਜੀਪੀਸੀ ਹੈ ਨਾ? ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਮੈਂ ਫਿਰ ਦੁਬਾਰਾ ਤਾਂ ਦੁਹਰਾ ਰਿਹਾ ਹਾਂ ਇਸ ਕਰਕੇ ਕਿ ਬੜਾ ਸਾਫ਼ ਹੋ ਜੇ। ਫਿਰ ਇਹ ਕਮੇਟੀ ਬਣੀ ਹੋਈ ਹੈ ਦੋਵਾਂ ਧਿਰਾਂ ਦੀ, ਇੱਧਰੋਂ ਮਿਨਿਸਟਰ ਹੈ, ਉੱਧਰ ਐਸਜੀਪੀਸੀ ਦੇ ਮੈਂਬਰ ਹੈ, ਫਿਰ ਤੁਸੀਂ ਜਦ ਉਹ ਕਮੇਟੀ ਬਣ ਗਈ ਆ, ਫਿਰ ਤੁਸੀਂ ਇੱਧਰ ਉੱਧਰ ਜਾ ਕੇ ਇਹ ਐਸਜੀਪੀਸੀ ਦੀ ਵੀ ਥੋੜ੍ਹੀ ਜਿਹੀ ਇਸ ਗੱਲ ਦੀ ਕਮੀ ਕਹਿ ਲਓ ਤੁਸੀਂ, ਉਹਨਾਂ ਨੂੰ ਜੇ ਜਾਣਾ ਹੈਗਾ ਤੁਸੀਂ ਅਲੱਗ ਤੌਰ 'ਤੇ ਪਹਿਲਾਂ ਪੁੱਛਣਾ ਚਾਹੀਦਾ, ਉਸ ਕਮੇਟੀ 'ਚ ਹੀ ਪੁੱਛਣਾ ਚਾਹੀਦਾ ਵੀ ਤੁਸੀਂ ਕਿਤੇ ਇਨਵੀਟੇਸ਼ਨ ਦੇ ਤਾਂ ਨਹੀਂ ਆਏ। ਜੇ ਦੇ ਆਏ ਆ ਤਾਂ ਤੁਸੀਂ ਵੀ ਆਪਣੇ ਤੌਰ 'ਤੇ ਹੋਸ ਦੇ ਉੱਤੇ ਜਾਣਾ ਅਤੇ ਆਪਣਾ ਇੰਡੀਪੈਂਡੈਂਟਲੀ ਚਲੇ ਜਾਓ, ਪਰ ਇਸ ਗੱਲ ਦੀ ਨੌਲੇਜ ਹੋਣੀ ਚਾਹੀਦੀ ਆ ਕਿ ਕੋਈ ਪੈਰਲਲ ਫੰਕਸ਼ਨਿੰਗ ਨਹੀਂ ਚੱਲ ਰਹੀ, ਉਹ ਗੱਲ ਕੋਈ ਨਹੀਂ ਕੀਤੀ ਗਈ ਨਾ। ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਜਾਣਾ ਚਾਹੀਦਾ ਸੀਗਾ, ਇਦਾਂ ਬਿਨਾਂ 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 ਉਸ ਕਮੇਟੀ ਦੇ ਕੋਲੋਂ ਗੱਲਬਾਤ ਕੀਤੀ? ਇਹਨਾਂ ਨੂੰ ਨਹੀਂ ਸੀ ਲਿਜਾਣਾ ਚਾਹੀਦਾ ਐਸਜੀਪੀਸੀ ਨੂੰ? ਐਸਜੀਪੀਸੀ ਲੈ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਨੂੰ ਲੈ ਗਿਆ? ਨਹੀਂ ਨਹੀਂ, ਦੇਖੋ ਐਸਜੀਪੀਸੀ ਹੀ ਲੈ ਕੇ ਗਈ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਕਿੱਥੋਂ ਪਤਾ ਲੱਗਣਾ? ਕਿਉਂਕਿ ਉਹ ਤੇ ਪਿਕਚਰ 'ਚ ਹੈ ਨਹੀਂ। ਮੈਂ ਬਜਟ ਵਾਲਾ ਸਵਾਲ ਵੀ ਲੈਣਾ ਸੀ, ਮੈਂ ਬਾਅਦ ਚ ਲਊਂਗਾ। ਕੁਲਵੀਰ ਸਿੰਘ ਸਿੱਧੂ ਸਾਹਿਬ ਜੀ, ਤੁਹਾਡੇ ਹੱਥਾਂ 'ਚੋਂ ਨਿਕਲ ਕੇ ਜਾਂਦੇ ਰਹਿੰਦੇ ਸੱਦਾ ਪੱਤਰ, ਪ੍ਰੋਟੋਕੋਲ ਕੀ ਕਹਿੰਦਾ? ਭਾਅ ਜੀ ਮੈਂ ਪਹਿਲਾਂ ਅੱਧੇ ਮਿੰਟ 'ਚ ਗੱਲ ਖਤਮ ਕਰਾਂਗਾ ਸਿਆਸਤ ਦੀ। 2004 ਪ੍ਰਕਾਸ਼ ਉਤਸਵ ਦੇ ਵਿੱਚ ਮੁਜੱਸਮ ਸੀ ਉਹ ਤੁਹਾਡੇ ਸਾਰੇ ਫਲਸਫੇ ਦਾ। ਉਸ ਵੇਲੇ ਵੀ ਪੋਲੀਟਿਕਸ ਹੋਈ 2004 ਦੇ ਵਿੱਚ, ਅਮਰਿੰਦਰ ਸਿੰਘ ਸਾਹਿਬ ਸੀਐਮ ਹੁੰਦੇ ਹੋਏ ਕਦੇ ਸਰੋਪੇ ਦਾ ਰੌਲਾ ਪੈ ਗਿਆ, ਕਦੇ ਉਹਨਾਂ ਦੇ ਬੋਲਣ ਦਾ ਰੌਲਾ ਪੈ। ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਸ਼ਹੀਦੀਆਂ 'ਤੇ ਕਿ ਜੇ ਅਮਰਿੰਦਰ ਸਿੰਘ ਨੇ ਮਨਾਈਆਂ ਉਹ 75ਵਾਂ ਸਾਲ, ਤਾਂ ਉਸ ਦੇ ਵਿੱਚ ਕੀ ਅਕਾਲੀਆਂ ਨੇ ਐਸਜੀਪੀਸੀ ਨੇ ਸ਼ਿਰਕਤ ਕੀਤੀ? ਜੀ ਨਹੀਂ। ਹੁਣ ਆ ਜਾਓ ਪ੍ਰੋਟੋਕੋਲ। ਪ੍ਰੋਟੋਕੋਲ ਦੇ ਵਿੱਚ ਇਹ ਹੈ ਕਿ ਫਰੋਮ ਸਟੇਟ ਟੂ ਸੈਂਟਰ, ਸਾਨੂੰ ਸਭ ਨੂੰ ਪਤਾ ਹੈ ਕਿ ਇਟ ਇਜ਼ ਸੀਐਮ ਟੂ ਪ੍ਰਾਈਮ ਮਿਨਿਸਟਰ। ਉਸ ਦੇ ਵਿੱਚ ਗੱਲ ਆ ਗਈ, ਸੀਐਮ ਵੀ ਤੁਹਾਡਾ ਕੌਮੀ ਹੈੱਡ ਹੈ ਅਤੇ ਐਸਜੀਪੀਸੀ ਵੀ ਤੁਹਾਡੇ ਧਾਰਮਿਕ ਮਸਲਿਆਂ ਦੀ ਕੌਮੀ ਹੈੱਡ ਹੈ। ਇਹਨਾਂ ਦੀ ਇੱਕ ਬਣ ਗਈ ਕਮੇਟੀ ਅਤੇ ਸੱਦਾ ਪੱਤਰ ਸਾਂਝੇ ਹੋ ਕੇ ਦੇ ਆਉਂਦੇ, ਜਿਵੇਂ ਕਿ 1999 'ਚ ਐਸਜੀਪੀਸੀ ਔਰ ਅਕਾਲੀ ਦਲ ਦੀ ਗੌਰਮੈਂਟ ਸੀ, ਇੱਕ ਵਫਦ ਗਿਆ। ਹੁਣ ਵਾਜਪਾਈ ਸਾਹਿਬ ਦੀ ਖੂਬੀ ਦੀ ਗੱਲ ਸੁਣੋ, ਆਏ ਉਹ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ, ਮੈਂ ਬਤੌਰ ਡੀ ਸੀ ਰੋਪੜ ਚਸ਼ਮਦੀਦ ਗਵਾਹ ਹੈ ਕਿ ਜਦੋਂ ਉਹ ਲੈਂਡ ਕੀਤੇ ਤਾਂ ਸਲਾਰੀਓ ਸਾਹਿਬ ਉੱਤਰਨ ਸਾਹਿਬ ਆਦੇਸ਼ ਸੀਐਮ ਦਾ ਇਹ ਕਿ ਕੋਈ ਹੂਟਰ ਨਹੀਂ ਵੱਜੂ, ਮੇਰੀ ਕਾਰ ਦਾ ਫਲੈਗ ਹੈਲੀਪੈਡ ਤੋਂ ਲੈ ਜੂਗਾ ਪੀਐਮ ਦਾ ਹੁਕਮ। ਹਾਂ, ਮੈਂ ਉਸਦੇ ਸੂਤਰਧਾਰ ਹੋਣ ਦੇ ਨਾਤੇ ਚਸ਼ਮਦੀਦ ਗਵਾਹ। ਅੱਛਾ, ਉੱਪਰ ਮੇਰੇ ਐਸ ਪੀ ਜੀ ਗਰੁੱਪ ਉੱਪਰ ਨਹੀਂ ਜਾਊ ਗੁਰੂ ਮਹਾਰਾਜ ਦੇ ਜਿੱਥੇ ਮੱਥਾ ਟੇਕਣਾ। ਹੁਣ ਆਏ ਉਹ ਪ੍ਰਾਈਮ ਮਿਨਿਸਟਰ ਬਣ ਕੇ ਅਤੇ ਵਰਤੇ ਇੱਕ ਅਦਨਾ ਸਿੱਖ ਦੀ ਤਰ੍ਹਾਂ। ਅੱਛਾ, ਅੱਜ ਵੀ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣ ਕੇ ਆ ਕੇ ਜੇ ਉਹ ਗੁਰੂ ਨਾਨਕ ਦੇ ਸਿੱਖ ਦੇ ਤੌਰ 'ਤੇ ਆ ਰਹੇ ਨੇ ਤਾਂ ਬਿਲਕੁਲ ਬਹੁਤ ਵਧੀਆ ਗੱਲ ਹੋਏਗੀ। ਠੀਕ ਠੀਕ ਹੈ ਜੀ। ਸਿੰਦਰ ਸਿੰਘ ਗਿੱਲ, ਪ੍ਰੋਟੋਕੋਲ ਇਹ ਕਹਿੰਦਾ ਕਿ ਸੀਐਮ ਟੂ ਪੀਐਮ, ਜਾਂ ਜੇ ਧਾਰਮਿਕ ਜਥੇਬੰਦੀ ਦੀ ਹੈ, ਧਾਰਮਿਕ ਨੁਮਾਇੰਦਗੀ ਦੀ ਗੱਲ ਹੈਗੀ ਤਾਂ ਐਸਜੀਪੀਸੀ, ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਿਆਸੀ ਕਾਰਡ ਖੇਡਿਆ
ਜਾਂ ਸਤਿੰਦਰ ਸਿੰਘ ਗਿੱਲ, ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਰਸਮੀ ਤੌਰ 'ਤੇ ਇੱਕ ਜ਼ਿੰਮੇਵਾਰੀ ਨਿਭਾਉਣਾ ਚਾਹੁੰਦਾ ਸੀਗਾ, ਭਾਈਵਾਲ ਭਾਜਪਾ ਸੀਗੀ, ਇਸ ਕਰਕੇ ਗਿਆ ਸੀਗਾ, ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਸਤਿੰਦਰ ਸਿੰਘ? ਚਲੋ ਤੁਸੀਂ ਇਸ ਨਜ਼ਰੀਏ ਨਾਲ ਹੀ ਲੈ ਲਓ ਵੀ ਭਾਈਵਾਲ ਪਾਰਟੀ ਹੈ ਅਤੇ ਆਪਣੇ ਉਹ ਉਸ ਖੁਸ਼ੀ ਨੂੰ ਗੁਰੂ ਨਾਨਕ ਦੇਵ ਜੀ ਦੇ 550 ਪੁਰਬ ਦੀ ਖੁਸ਼ੀ ਵਿੱਚ ਆਪਣੇ ਉਹਨੂੰ ਖੁਸ਼ੀ ਕਹਿ ਲਓ, ਸ਼ਰਧਾ ਕਹਿ ਲਓ, ਉਹਨੂੰ ਜੋ ਤੁਸੀਂ ਲਫ਼ਜ਼ ਸਹੀ ਸਮਝਦੇ ਹੋ ਅਤੇ ਉਸ ਹਿਸਾਬ ਨਾਲ ਉੱਥੇ ਜਾ ਕੇ ਮੇਰੇ ਲਫ਼ਜ਼ਾਂ ਨਾਲ ਤੁਸੀਂ ਅੱਗੇ ਤੋਰਿਆ ਕਿ ਭਾਈਵਾਲ ਪਾਰਟੀ ਹੋਣ ਦੇ ਨਾਤੇ ਸਿਆਸਤ ਕਰਨੀ ਨਹੀਂ, ਤੁਸੀਂ ਉੱਥੇ ਸੱਦਾ ਦੇਣਗੇ? ਇੱਕ ਮਿੰਟ ਸਵਾਲ ਤਾਂ ਸੁਣ ਲਓ ਸਿੰਦਰ ਸਿੰਘ, ਸਵਾਲ ਤਾਂ ਸੁਣ ਲਓ ਨਾ, ਭਾਈਵਾਲ ਪਾਰਟੀ ਹੋਣ ਦੇ ਨਾਤੇ ਤੁਸੀਂ ਉੱਥੇ ਸੱਦਾ ਦੇਣ ਗਏ, ਇਹਦਾ ਮਤਲਬ ਤੁਸੀਂ SGPC ਨੂੰ ਵਰਤਿਆ? SGPC ਵੱਖਰੇ ਰਹਿੰਦੀ ਨਾ, ਫਿਰ SGPC ਆਪਦਾ ਸੁਨੇਹਾ ਲੈ ਕੇ ਜਾਂਦੀ, ਵੱਖਰਾ ਨਾਲ ਜਿਹੜੀ ਕਮੇਟੀ ਬਣੀ ਸੀ ਵੱਖਰੀ। ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੀ ਇਕੱਠੇ ਰਹੋ ਇਕੱਠੇ ਜਾਓ, ਇਹ 'ਚ ਕਿੱਥੇ ਸਿਆਸਤ ਕਿੱਥੇ ਆ ਗਈ? ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਤੁਸੀਂ ਤਾਂ ਇਸ਼ੂ ਕੀ ਬਣਾ। ਸਿੰਦਰ ਸਿੰਘ ਗਿੱਲ, ਇੱਥੇ ਜੇ ਕਾਂਗਰਸ ਪਾਰਟੀ ਬੈਠੀ ਹੁੰਦੀ, ਆਮ ਆਦਮੀ ਪਾਰਟੀ ਬੈਠੀ ਹੁੰਦੀ, ਤੁਸੀਂ ਆਪਸ ਵਿੱਚ ਇਸ ਮੁੱਦੇ 'ਤੇ ਇਹੋ ਜਿਹੀ ਬਹਿਸ ਕਰ ਰਹੇ ਸੀ, ਕਿਸੇ ਨੂੰ ਕੋਈ ਸਮਝ ਨਹੀਂ ਆ ਰਿਹਾ ਸੀ। ਮੈਂ ਤਾਂ ਹੀ ਨਹੀਂ ਸੱਦਿਆ ਉਹਨਾਂ ਨੂੰ, ਕਾਂਗਰਸ ਵੈਸੇ ਨਹੀਂ ਆ ਰਹੀ ਆਮ ਆਦਮੀ ਪਾਰਟੀ, ਮੈਂ ਇਸ ਲਈ ਨਹੀਂ ਸੱਦਿਆ। ਮੈਂ KP ਦੀ ਮਤਲਬ ਨਹੀਂ, ਇਸ ਇਸ਼ੂ 'ਤੇ ਕੋਈ ਗੱਲ ਕਰ ਦਵਾਂ, ਤੁਸੀਂ ਕੋਈ ਸਿਆਸਤ ਨਹੀਂ ਕੀਤੀ, ਮੈਂ ਕਰਨੀ ਨਹੀਂ ਗੱਲ। ਚਲੋ ਅਸੀਂ ਤਾਂ ਆਪਣੇ ਗੁਰੂ ਨਾਨਕ ਦੇਵ ਜੀ ਦੇ ਵਧੀਆ ਵਧੀਆ ਡਿਫੈਂਸ ਲੈਤਾ ਤੁਸੀਂ, ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਸਮਾਗਮਾਂ ਲਈ ਬਜਟ ਵਿੱਚ ਫੰਡ ਵਾਲੀ ਕਿਹੜੀ ਰਾਜਨੀਤੀ ਹੈਗੀ ਆ, ਇਸ ਰਾਜਨੀਤੀ ਦਾ ਕੋਈ ਮਤਲਬ ਹੈ ਜਾਂ ਨਹੀਂ ਹੈਗਾ, ਸਵਾਲ ਬੜੇ ਮਹੱਤਵਪੂਰਨ ਹੈਗੇ ਆ। ਜੇ ਸਮਾਗਮ ਹੋਣਗੇ ਤਾਂ ਕੇਂਦਰੀ ਫੰਡ ਵੀ ਆਉਣਗੇ, ਸਟੇਟ ਦੇ ਜਿਹੜੇ ਸਮਾਗਮ ਹੈਗੇ ਆ ਸਟੇਟ ਦੇ ਫੰਡ ਵੀ ਲੱਗਣਗੇ। ਸਵਾਲ ਇਹ ਹੈ ਕਿ ਪ੍ਰਕਾਸ਼ਪੁਰ ਉੱਤੇ ਪੋਲਿਟਿਕਸ ਕਰਕੇ ਕੀ ਚਮਕਾਇਆ ਜਾ ਰਿਹਾ ਹੈਗਾ? ਬ੍ਰੇਕ ਤੋਂ ਵਾਪਸ ਆ ਰਹੇ। ਸਵਾਲ ਕਿਉਂ ਪੁੱਛ ਰਹੇ? ਬੜਾ ਸਵਾਲ ਅਸੀਂ ਪੁੱਛ ਰਹੇ ਹਾਂ, 550ਵਾਂ ਪ੍ਰਕਾਸ਼ਪੁਰਬ ਮਨਾਉਣ ਲਈ ਸਿਆਸਤ ਕਿਹੜੇ ਰਾਹ 'ਤੇ ਚੱਲ ਰਹੀ ਹੈ? ਪ੍ਰਸਮ ਅਜੀਤ ਸਿੰਘ, ਇੱਕ ਸੋਸ਼ਲ ਮੀਡੀਆ 'ਤੇ ਚਰਚਾ ਬਹੁਤ ਚੱਲ ਰਹੀ ਹੈਗੀ, ਮੈਂ ਸੋਸ਼ਲ ਮੀਡੀਆ ਸਵਾਲ ਬੜੇ ਲੈਣਾ ਹੈਗਾ, ਵੈਸੇ ਸੋਸ਼ਲ ਮੀਡੀਆ ਇੰਨਾ ਫੋਲੋ ਨਹੀਂ ਕਰਦਾ, ਹਾਂ ਪਰ ਮੈਂ ਥੋੜ੍ਹੇ ਸਵਾਲ ਜ਼ਰੂਰ ਲੈਣਾ ਕਿਉਂਕਿ ਸਾਡੇ ਕੋਲ ਪਹੁੰਚ ਜਾਂਦੇ ਹੈਗੇ ਉਹ ਸਵਾਲ। ਉਹ ਸਵਾਲ ਇਹ ਚੱਲ ਰਿਹਾ ਕਿ ਇਹ ਜਿਹੜੀ ਕੌਮ ਹੈਗੀ ਹੈ, ਇਹਨਾਂ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਿਆ ਗਾ, ਇਹ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਹੈਗਾ 13-13 ਵਾਲਾ, ਜਾਂ ਹੋਰ ਵੀ ਤੁਸੀਂ ਜਿਹੜਾ ਫਲਸਫਾ ਸਾਂਝੀ ਵਾਲਤਾ ਦਾ, ਸਵਾਲ ਹੈਗਾ ਪ੍ਰਸਮਜੀਤ ਸਿੰਘ, ਕੇਂਦਰੀ ਬਜਟ ਦੇ ਵਿੱਚ ਫੰਡਸ ਦੇ ਬਾਰੇ ਗੱਲ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ? ਬਿਲਕੁਲ ਹੋਣੀ ਚਾਹੀਦੀ, ਹੋਣੀ ਚਾਹੀਦੀ। ਮੇਰਾ ਖਿਆਲ ਹੈ ਕਿ ਹੁਣ ਜਿਹੜੀ ਇਹ ਗੱਲ ਕਰਨੀ ਹੈ ਸਨਵਾਰੀਆ ਜੀ, ਵਿਦ ਡਿਊ ਰਿਸਪੈਕਟ, ਇਹ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਜੀ ਕੋਲੋਂ ਕੁਛ ਵੀ ਮੰਗੋ ਦੇ ਦੇਣਗੇ, ਉਹ ਕਿਤੇ ਕੋਈ ਪਰਮਾਤਮਾ ਲੱਗੇ ਹੋਏ ਆ? ਪ੍ਰਧਾਨ ਮੰਤਰੀ, ਉਹਨਾਂ ਨੇ ਕਾਨੂੰਨ ਮੁਤਾਬਕ ਚੱਲਣਾ, ਬਜਟ ਹੁਣੇ ਹੁਣੇ ਹੋ ਕੇ ਹਟਿਆ, ਪੁਰਾਣਾ ਜਿਹੜਾ ਇੰਟਰਮ ਬਜਟ ਸੀਗਾ ਉਹਦੇ 'ਚ ਰੱਖਿਆ ਸੀ ਪੈਸਾ, ਹੁਣ ਜਿਹੜਾ ਪੱਕਾ ਬਜਟ ਹੈ ਉਹਦੇ 'ਚ ਕੋਈ ਪੈਸਾ ਹੀ ਨਹੀਂ ਰੱਖਿਆ। ਅਤੇ ਮੇਰਾ ਖਿਆਲ ਇਹ, ਦੇਖੋ ਇਹ ਮਿਸ਼ਨ 'ਤੇ ਹੈ ਬੜੀ ਵੱਡੀ ਕਮੀ ਤਾਂ ਹੈ, ਔਰ ਉਹਦੀ ਸਾਰੇ ਪੰਜਾਬੀਆਂ ਨੂੰ ਇਸ ਵੇਲੇ ਬੜੀ ਚੁੱਭ ਰਹੀ। ਇਹਨੂੰ ਇਹਨੂੰ ਸਿਆਸੀ ਚਸ਼ਮੇ ਨਾਲ ਦੇਖਿਆ ਜਾਵੇ ਬਜਟ ਵਿੱਚ ਜੇ ਫੰਡ ਨਹੀਂ ਰੱਖੇ ਗਏ ਤਾਂ? ਦੇਖੋ ਮੈਂ ਥੋੜ੍ਹਾ ਜਿਹਾ ਸਵਾਲ ਥੋੜ੍ਹਾ ਹੋਰ ਵਧਾ ਦੇਵਾਂ। ਜਦੋਂ ਇੱਥੇ ਸਾਡੇ ਕੋਲ ਅਰਥਸ਼ਾਸਤਰੀ ਬੈਠੇ ਸੀਗੇ, ਜਦੋਂ ਮੈਂ ਉਹਨਾਂ ਨੂੰ ਇਹ ਸਵਾਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੇ ਇਹ ਸਵਾਲ ਦਾ ਮਤਲਬ ਨਹੀਂ ਬਣਦਾ, ਬਜਟ 'ਚ ਹੋਰ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੇ ਇਹਨਾਂ ਵਾਸਤੇ ਫੰਡਸ ਐਲੋਕੇਸ਼ਨ, ਉਹ ਬਾਅਦ ਵਿੱਚ ਵੀ ਹੁੰਦੀ ਰਹੂਗੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਇਸ ਤਰ੍ਹਾਂ ਨਹੀਂ, ਇਹਨੂੰ ਕਿਸ ਤਰੀਕੇ ਨਾਲ ਸਮਝਾਂ? ਇਸ ਤਰ੍ਹਾਂ ਦੀ ਗੱਲ ਹੈ, ਮੈਂ ਕਹਿੰਦਾ ਇਹ ਹੋਰ ਵੀ ਜ਼ਰੂਰੀ ਸੀ ਬਜਟ ਅਲਾਟ ਕਰਨਾ, ਜਦੋਂ ਥੋੜ੍ਹਾ ਜਿਹਾ ਇਹ ਲੱਗੇ ਕਿ ਉਸ ਸਟੇਟ ਦੇ ਵਿੱਚ ਜਿਹੜੀ ਆਰਗੇਨਾਈਜ਼ ਕਰ ਰਹੀ ਆ ਉਹ ਉਹਨਾਂ ਦੀ ਆਪਣੀ ਪਾਰਟੀ ਨਹੀਂ। ਜੇ ਇੱਥੇ ਅਕਾਲੀ ਦਲ ਦਾ ਹੁੰਦਾ ਤਾਂ ਸ਼ਾਇਦ ਉਹ ਇੰਝ ਕਹਿ ਕੇ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਕਿ ਕੋਈ ਘਰ ਦੀ ਗੱਲ ਆ ਜੀ, ਕੋਈ ਨਹੀਂ ਭਾਈਵਾਲ ਪਾਰਟੀ ਹੈ, ਜਿੱਦਾਂ ਮਰਜ਼ੀ ਜਾ ਕੇ ਅਸੀਂ ਪੈਸੇ ਲੈਵਾਂਗੇ। ਪਰ ਜਦੋਂ ਉਸ ਪਾਰਟੀ ਦੀ ਨਹੀਂ ਤਾਂ ਇਹ ਸ਼ੰਕੇ ਖੜੇ ਹੋਣੇ, ਇਹ ਆਪਣੇ ਆਪ 'ਚ ਆਪ ਮਹਾਰੇ ਆ। ਹੋਰ ਵੀ ਜ਼ਰੂਰੀ ਸੀ, ਸ਼ੰਕਾ ਕਿਹੜਾ ਖੜਾ ਹੋ ਰਿਹਾ ਤੁਹਾਨੂੰ? ਬਿਲਕੁਲ ਇਸੇ ਗੱਲ ਦਾ ਕਿ ਜੇ ਬਜਟ ਕਿਉਂ ਨਹੀਂ ਰੱਖਿਆ, ਕਿਉਂ ਨਹੀਂ ਸਵਾਲ ਸਾਰੇ ਕਰ? ਹਾਂ ਸਮਾਰੇ ਸਰ, ਬਿਲਕੁਲ ਬਿਲਕੁਲ। ਮੈਨੂੰ ਬੜਾ ਦੁੱਖ ਲੱਗ ਰਿਹਾ ਕਿ ਮੇਰੇ ਰਾਜਨੀਤਿਕ ਮਾਹਿਰ ਜੋੜ ਹੈ ਕਿ ਇੰਨੇ ਬੜੇ ਮਹਾਂਪਰਵ ਨੂੰ ਬਜਟ ਨਾਲ, ਮੈਂ ਓਪਨਿੰਗ ਵਿੱਚ ਕਿਹਾ ਸੀ ਕਿ ਇਹਨੂੰ ਬਜਟ ਨਾਲ ਜੋੜ ਕੇ ਨਾ ਰੱਖੋ, ਔਰ ਤੁਸੀਂ ਵੀ ਕਿਹਾ ਕਿ ਬਜਟ ਵਿੱਚ ਜਿਹੜਾ ਲੇਖਾ ਜੋਖਾ ਹੈ ਉਹ ਹੋਰ ਕੁਛ ਹੈ। ਇੰਟਰੀਮ ਬਜਟ ਮਨਜੀਤ ਜੀ ਜੋ ਅਸੀਂ ਪਾਸ ਕੀਤਾ ਸੀ, ਉਹਦੇ ਸਾਰੀ ਕੀ ਚੀਜ਼ਾਂ ਇਸ ਬਜਟ ਵਿੱਚ ਵੀ ਨੇ। ਔਰ ਮੈਂ ਇੱਕ ਹੁਣ ਹਰਿਆਣਾ ਵਿੱਚ ਅਸੀਂ 550 ਵਾਲਾ ਮਹਾਂ ਉਤਸਵ ਮਨਾ ਰਹੇ ਨੇ, ਮੁੱਖ ਮੰਤਰੀ ਮਨੋਹਰ ਲਾਲ ਜੀ ਸੰਡੇ ਨੂੰ ਸਾਰੇ ਸੰਤਾਂ ਨੂੰ ਬੁਲਾ ਕੇ ਕਹਿ ਰਹੇ ਨੇ, ਕਿੰਨੇ ਭਵਿ ਤਰੀਕੇ ਸੇ ਤੋ ਇਹ ਜਿਹੜਾ ਪੈਸੇ 'ਤੇ ਜੋੜ ਕੇ ਬਾਬਾ ਨਾਨਕ ਦੇ ਜਨਮ ਔਰ 550 ਵਾਲਾ ਇੰਨਾ ਬੜਾ ਫੰਕਸ਼ਨ ਜਿਹੜਾ ਕਰ, ਇਹ ਤਾਂ ਕਾਂਗਰਸ ਦੀ ਫਿਤਰਤ ਹੋ ਗਈ ਹੈ ਕਿ ਹਰੇਕ ਚੀਜ਼ 'ਤੇ ਉਹ ਪੋਲੀਟਿਕਸ ਕਰੂਗੀ। ਬਟ ਇਹ ਕਹਿਣਾ ਬਾਬੇ ਦੇ ਘਰ 'ਤੇ ਵਿੱਚ ਦੇਣ ਦੀ ਮਤਲਬ ਪੈਸੇ ਦੀ ਕਮੀ ਹੁੰਦੀ ਹੈ, ਤਾਂ ਬਜਟ ਵਿੱਚ ਇਹ ਬਿਲਕੁਲ ਕਿਸ ਤਰ੍ਹਾਂ ਦੇ ਇਸ ਪ੍ਰਕਾਸ਼ ਉਤਸਵ ਦਾ ਨਾਮ ਲੈ ਕੇ ਬਜਟ ਪੈਸਾ ਦੇਣਾ ਬਿਲਕੁਲ ਠੀਕ ਨਹੀਂ ਕਰਦਾ। ਤੁਸੀਂ ਜਿਹੜੀ ਗੱਲ ਕਹਿਣੀ ਚਾਹੁੰਦੇ ਹੋ ਨਾ, ਦੇਖੋ ਕਿਸੇ ਨੂੰ ਪਚਦੀ ਨਹੀਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਨਹੀਂ ਪਚਦੀ, ਬਾਕੀ ਸਭ ਨੂੰ ਪਚਦੀ। ਜਿਹੜਾ ਪ੍ਰਧਾਨ ਮੰਤਰੀ ਪਹਿਲੇ ਦਿਨ ਤੋਂ ਲੈ ਕਰਕੇ ਉਹ ਸਾਰੇ ਜਦੋਂ ਅੱਗੇ ਵੱਢ ਵੱਢ ਕੇ ਉਹ ਕਰ ਰਿਹਾ ਹੈ, ਤਾਂ ਕੀ ਕਹਿੰਦੇ ਆ
ਕਿ ਜਿੱਡੀ ਵੱਡੀ ਤੁਸੀਂ ਏਡਾ ਮਹਾਨ ਏਡਾ ਵੱਡਾ ਪੁਰਬ ਕਹਿ ਰਹੇ ਆ ਤੁਸੀਂ ਨਾ ਕਹਿ ਰਹੇ ਆ ਨਾ ਉੱਥੇ ਇੱਕ ਇੱਕ ਲਾਈਨ ਵੀ ਨਹੀਂ ਬੋਲੀ ਕਹਿ ਦੋ ਨਾ ਫਿਰ ਨਹੀਂ ਬਜਟ ਵਿੱਚ ਇੱਕ ਲਾਈਨ ਹੀ ਬੋਲ ਦਿੰਦੇ ਕਿ ਅਸੀਂ ਭਾਵੇਂ ਬਜਟ ਨਹੀਂ ਅਨਾਉਂਸ ਕੁਝ ਵੀ ਨਹੀਂ ਬੋਲਿਆ ਗਿਆ ਠੀਕ ਹੈ ਮਤਲਬ ਠੀਕ ਹੈ ਪਲੀਜ਼ ਇਹਦਾ ਮਤਲਬ ਤੁਸੀਂ ਏਡਾ ਵੱਡਾ ਪਲੀਜ਼ ਪਲੀਜ਼ ਦਿੱਲੀ 'ਚ ਏਡਾ ਵੱਡਾ ਪੁਰਬ ਦਿੱਲੀ 'ਚ ਉਸ ਗੱਲ ਨੂੰ ਅਹਿਮੀਅਤ ਨਹੀਂ ਦਿੱਤੀ ਗਈ ਲੋਕ ਇਹ ਤੇ ਉਮੀਦ ਕਰਦੇ ਸੀ ਕਿ ਇੱਕ ਲਾਈਨ ਹੀ ਬੋਲ ਦੋ ਬਜਟ ਨਹੀਂ ਵੀ ਬੋਲਣਾ ਠੀਕ ਠੀਕ ਹੈ ਬਰਾ ਸਮਝੀ ਸੀ ਠੀਕ ਇੱਕ ਮਿੰਟ ਪਲੀਜ਼ ਸੁਣਵਾਰੇ ਸਾਹਿਬ ਸੁਣੋ ਇਹਦਾ ਕੁਲਵਿੰਦਰ ਸਿੱਧੂ ਸਾਹਿਬ ਇਹ ਬਜਟ ਤੇ ਫੰਡ ਰੱਖਣ ਵਾਲੀ ਸਿਆਸਤ ਦਾ ਮਤਲਬ ਹੈ ਕੀ ਹੈ ਕੁਲਵਿੰਦਰ ਸਿੱਧੂ ਕੇਪੀ ਜੀ ਮੈਂ ਫਿਰ ਗੱਲ ਕਰਾਂਗਾ ਕਿ ਜਿਹੜੇ ਐਡੇ ਐਡੇ ਸਮਾਗਮ ਹੁੰਦੇ ਆ ਇਸ ਇੰਸਟੀਚਿਊਟ ਦੇ ਇਸ ਵਿਸ਼ਾਲ ਲੈਵਲ ਦੇ ਉਹਦੇ ਵਿੱਚ ਦੋ ਰੋਲ ਹੁੰਦੇ ਨੇ ਇੱਕ ਐਡਮਿਨਿਸਟ੍ਰੇਟਿਵ ਰੋਲ ਹੈ ਅਤੇ ਦੂਸਰਾ ਹੈਗਾ ਪ੍ਰਚਾਰ ਅਤੇ ਪ੍ਰਸਾਰ ਦਾ ਤਾਂ 1999 ਦੇ ਵਿੱਚ ਅੱਜ ਦੇ ਨਾਲੋਂ ਜਿਹੜੀ ਪੰਜਾਬ ਦੀ ਇਕਨੋਮਿਕ ਸਥਿਤੀ ਸੀ ਉਹ ਬੜੀ ਵਧੀਆ ਸੀ ਅਤੇ ਉਸ ਵੇਲੇ ਇਕੱਲੇ ਬਿਲਡਿੰਗ ਐਂਡ ਰੋਡ ਦੇ ਉੱਤੇ 168 ਕਰੋੜ ਰੁਪਇਆ ਖਰਚ ਹੋਇਆ ਸੀ ਤੁਸੀਂ 1999 ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ 168 ਕਰੋੜ ਰੁਪਇਆ ਹਾਂਜੀ ਬਿਲਡਿੰਗ ਐਂਡ ਰੋਡ ਤੇ ਜਿਹਦੇ ਵਿੱਚ ਪੁਲ ਵਗੈਰਾ 20 ਸਾਲ ਪਹਿਲਾਂ ਹਾਂਜੀ 1999 ਠੀਕ ਠੀਕ ਹੈ ਠੀਕ ਹੈ ਉਹ ਉਸ ਵੇਲੇ ਵੀ ਜਦੋਂ ਸਟੇਟ ਦੀ ਇਕਨੋਮਿਕ ਕੰਡੀਸ਼ਨ ਅੱਜ ਨਾਲੋਂ ਬੈਟਰ ਸੀ ਤਾਂ ਉਦੋਂ ਵੀ ਉਹ 168 ਕਰੋੜ ਸਟੇਟ ਦੇ ਵੱਸ ਨਹੀਂ ਸੀ ਬਿਲਕੁਲ ਅਤੇ ਵਾਜਪਾਈ ਸਾਹਿਬ ਨੇ 100 ਕਰੋੜ ਦਿੱਤਾ ਸੀ ਬਿਨਾਂ ਮੰਗੇ ਔਰ ਉਸ ਦੇ ਵਿੱਚੋਂ ਪੱਲੇ ਕੀ ਆਇਆ ਹੱਥ ਗਿਆ ਦੈਟਸ ਅ ਹਿਸਟਰੀ ਉਹ 40 ਕਰੋੜ ਹੀ ਮੰਨਿਆ ਗਿਆ ਦੂਜਾ ਹੈਗਾ ਪ੍ਰਚਾਰ ਪ੍ਰਸਾਰ ਇਸ ਦੇ ਵਾਸਤੇ ਵੀ SGPC ਜੇ ਉਹਨਾਂ ਕੋਲ ਫੰਡ ਨਹੀਂ ਤਾਂ ਈਵਨ ਉਹ ਜੇ ਕਿਤੇ ਏਕਾ ਹੁੰਦਾ ਏਕਤਾ ਹੋਵੇ ਤਾਂ ਇਕੱਠੀ ਕਮੇਟੀ ਜਾ ਕੇ ਕਹਿ ਸਕਦੀ ਹੈ ਕਿ ਜੀ ਆਹ ਵੀ ਸਾਡਾ ਇੰਨਾ ਬਜਟ ਧਰਮ ਪ੍ਰਚਾਰ ਵਾਸਤੇ ਪ੍ਰਸਾਰ ਵਾਸਤੇ ਰੱਖ ਦਿਓ ਔਰ ਤੀਸਰੀ ਗੱਲ ਜਿਹੜੀ ਅਸੀਂ ਕਾਊਂਟ ਨਹੀਂ ਕਰ ਰਹੇ ਜੇ ਤੁਹਾਡੀਆਂ ਭਾਵਨਾਵਾਂ 'ਤੇ ਲੋਕਾਂ ਨੂੰ ਸ਼ੱਕ ਨਾ ਹੋਵੇ ਤਾਂ ਉਸ ਵੇਲੇ ਵੀ 5-5 ਕਰੋੜ ਰੁਪਏ ਦੇਣ ਵਾਲੇ ਇਹੋ ਜਿਹੇ ਸੱਜਣ ਸੀ ਅਤੇ ਅੱਜ ਵੀ ਖਬਰ ਗਰਮ ਹੈ ਹਾਲਾਂਕਿ ਉਹਦਾ ਹਿਸਾਬ ਤਾਂ ਵੀ ਕੋਈ ਨਹੀਂ ਅਰਬਾਂ 'ਚ ਪਹੁੰਚ ਗਿਆ ਕਿ ਬਾਹਰਲੇ ਲੋਕ ਪਾਕਿਸਤਾਨ ਨੂੰ 5 ਟ੍ਰਿਲੀਅਨ ਉਹ ਟ੍ਰਿਲੀਅਨ ਕਿਸੇ ਨੂੰ ਸਮਝ ਹੀ ਨਹੀਂ ਵੀ 5 ਟ੍ਰਿਲੀਅਨ ਖਰਬ ਨੂੰ ਕਹਿੰਦੇ ਆ ਉਹ ਇਹ ਬਾਹਰੋਂ ਪੈਸਾ ਬੜਾ ਹੀ ਆਉਂਦਾ ਬੜੇ ਲੋਕ ਤੁਹਾਨੂੰ ਦੇ ਦੇਣਗੇ ਤੁਹਾਨੂੰ ਬਜਟ ਦੀ ਐਡੀ ਪ੍ਰੋਬਲਮ ਹੀ ਨਹੀਂ ਪ੍ਰੋਵਾਈਡਡ ਤੁਸੀਂ ਆਪ ਨਾ ਵੰਡੀਆਂ ਪਾਉਣ ਬਹਿ ਜਾਓ ਸਿੱਧੂ ਸਾਹਿਬ ਮੂਲ ਸਵਾਲ ਇਹ ਸੀਗਾ ਕਿ ਬਜਟ ਵਿੱਚ ਇਹ ਪ੍ਰੋਵੀਜ਼ਨ ਹੋਣੀ ਚਾਹੀਦੀ ਸੀ ਕਿ ਨਹੀਂ ਬਿਲਕੁਲ ਹੋਣੀ ਚਾਹੀਦੀ ਬਿਲਕੁਲ ਪਾਰਟ ਆਫ ਸਤਿੰਦਰ ਸਿੰਘ ਤੁਸੀਂ ਇਹ ਸਵਾਲ ਪੁੱਛਿਆ ਕਿ ਬਜਟ ਵਿੱਚ ਇਹ ਪ੍ਰੋਵੀਜ਼ਨ ਕਿਉਂ ਨਹੀਂ ਸੀ ਇਹਦੇ 'ਚ ਨਾ 2 ਅਗਸਤ ਦੀ ਮੀਟਿੰਗ ਆ ਹੁਣ ਉਹਦੇ ਵਿੱਚ ਜਿਹੜੀ ਐਲੋਕੇਸ਼ਨ ਆਲਰੇਡੀ ਹੋ ਚੁੱਕੀ ਹੈ ਉਹਦੇ 'ਤੇ ਮੀਟਿੰਗ ਹੋਣੀ ਹੈ ਸਾਰੀਆਂ ਡਿਸਬਰਸਮੈਂਟ ਹੋਣੀਆਂ ਕੇਪੀ ਜੀ ਹਲੇ ਨਾ ਜਦੋਂ ਪ੍ਰੋਗਰਾਮ ਆਏਗਾ ਨਾ ਸਾਰਾ SGPC ਦਾ ਗਵਰਨਮੈਂਟ ਦਾ ਉਦੋਂ ਤੁਹਾਨੂੰ ਸਾਰਾ ਸਿਸਟਮੈਟਿਕ ਲੋਕਾਂ ਨੂੰ ਵੀ ਲੱਗ ਜਾਏਗਾ ਪਤਾ ਵੀ ਕਿੱਥੇ ਕਿੱਥੇ ਕਿਹੜੇ ਫੰਕਸ਼ਨਸ ਹੋ ਰਹੇ ਆ ਅਤੇ ਉਹਦੇ ਲਈ ਕਿਹੜਾ ਨਵਾਂ ਇਨਫਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਕਿਹੜੇ ਚੱਲ ਰਹੇ ਆ ਜਾਂ ਰੋਡ ਇਨਫਰਾਸਟ੍ਰਕਚਰ ਕਿਵੇਂ ਹੋਣਾ ਉਹ ਸਾਰਾ ਨੈਕਸਟ ਮੰਥ ਸਾਰਾ ਕਲੀਅਰ ਹੋ ਜਾਣਾ ਕੋਈ ਕਨਫਿਊਜ਼ਨ ਵਾਲੀ ਗੱਲ ਹੀ ਨਹੀਂ ਮੈਂ ਲੋਕਾਂ ਨੂੰ ਇਹ ਇਸ ਮਾਧਿਅਮ ਨਾਲ ਕਹਿਣਾ ਕਨਫਿਊਜ਼ਨ ਦੀ ਕੋਈ ਗੱਲ ਨਹੀਂ ਗਵਰਨਮੈਂਟ ਸਾਰੀਆਂ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਵੀ SGPC ਵੀ ਸਾਰੀ ਇਸ ਫੰਕਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ਹੁਣ ਸਿਰਫ ਕੋਰੀ ਸਿਆਸਤ ਹੋ ਰਹੀ ਹੈ ਫੰਕਸ਼ਨ ਹੋਏਗਾ ਗਿੱਲ ਸਾਹਿਬ ਹੁਣ ਸਿਰਫ ਕੋਰੀ ਸਿਆਸਤ ਹੋ ਰਹੀ ਮੈਂ ਤਾਂ ਕਹਿ ਰਿਹਾ ਜੀ ਬੜਾ ਵਧੀਆ ਫੰਕਸ਼ਨ ਹੋਏਗਾ ਬੜੇ ਡਿਪਲੋਮੈਟਿਕ ਹੋਏ ਪਏ ਸੰਦਰ ਸਿੰਘ ਨਹੀਂ ਜੀ ਨਹੀਂ ਮੇਰੇ ਕੋਈ ਹੈ ਹੀ ਨਹੀਂ ਸਿਆਸਤ ਵਾਲੀ ਗੱਲ ਤੁਸੀਂ ਇਸ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਪਾ ਰਹੇ ਕਿ ਬਜਟ ਦੀ ਐਲੋਕੇਸ਼ਨ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਆਪਣੇ ਭਾਈ ਵੱਲੋਂ ਪੁੱਛ ਨਹੀਂ ਸਕਦਾ ਜੀ 2 ਅਗਸਤ ਦੀ ਮੀਟਿੰਗ ਰੱਖੀ ਹੋਈ ਪੁੱਛਣਾ ਕੀ ਉਹ ਤਾਂ ਰੱਖੀ ਹੋਈ ਹੈ 2 ਅਗਸਤ ਬਹੁਤ ਦੂਰ ਹੈ ਸੰਦਰ ਸਿੰਘ ਸਵਾਲ ਅੱਜ ਪੁੱਛਿਆ ਜਾ ਰਿਹਾ ਨਹੀਂ ਜੀ ਨਹੀਂ ਰੰਧਾਵਾ ਸਾਹਿਬ ਨੂੰ ਕੀ ਕਹੀ ਰੰਧਾਵਾ ਸਾਹਿਬ ਨੂੰ ਕੀ ਕਹੀਏ ਕੈਪਟਨ ਸਾਹਿਬ ਨੂੰ ਕੀ ਕਹੀਏ 2 ਅਗਸਤ ਦੀ ਮੀਟਿੰਗ ਆ ਗਈ ਉਹ ਤਾਂ ਚੁੱਪ ਰਹੋ ਉਹਨਾਂ ਸਭ ਪਤਾ ਉਹਨਾਂ ਨੂੰ ਪਤਾ ਹੈ ਜੀ ਸਾਰਾ ਉਹਨਾਂ ਨੂੰ ਸਾਰਾ ਪਤਾ ਹੈ ਕੰਮ ਚੱਲ ਵੀ ਰਿਹਾ ਸੁਲਤਾਨਪੁਰ ਲੋਧੀ ਤੁਸੀਂ ਜਾ ਕੇ ਤੇ ਆਓ ਕੇਪੀ ਜੀ ਆਪਣੀ ਟੀਮ ਰੰਧਾਵਾ ਸਾਹਿਬ ਉੱਥੇ ਵੀ ਜਾ ਕੇ ਆਏ ਆ ਇੱਥੇ ਵੀ ਜਾ ਕੇ ਸਾਰੇ ਕਿਤੇ ਜਾ ਰਹੇ ਆ ਲੋਧੀ ਟੀਮ ਭੇਜੀ ਆਪਣੀ ਬਿਲਕੁਲ ਸਾਹੀ ਤਾਂ ਦਿੱਲੀ ਕਵਰ ਕਰਦੇ ਪਏ ਆ ਦਿੱਲੀ ਕਵਰ ਕਰਦੇ ਪਏ ਸੁੰਦਰ ਸਿੰਘ ਗਿੱਲ ਕੰਮ ਚੱਲ ਰਿਹਾ ਜੀ ਤੁਹਾਡੇ ਹੀ ਤੁਹਾਡੇ ਲੀਡਰ ਕਹਿੰਦੇ ਆ 25-30% ਕੰਮ ਪਾਕਿਸਤਾਨ ਨੇ ਕੀਤਾ ਤੁਹਾਡੇ ਤੁਹਾਡੇ ਦੱਸੋ ਇੱਕ ਮਿੰਟ ਸੁਣ ਲਓ ਮੈਂ ਸੁਣਦਾ ਨਹੀਂ ਤੁਸੀਂ ਮੇਰਾ ਜਵਾਬ ਤੁਹਾਡੇ ਲੀਡਰ ਕਹਿੰਦੇ ਆ ਕਿ ਅਸੀਂ 80% ਕੰਮ ਕਰ ਲਿਆ ਕਾਂਗਰਸ ਇਸ ਤੇ ਵੀ ਸਵਾਲ ਚੁੱਕਦੀ ਪਈ ਆ ਕਿ ਇੱਥੇ 25-30% ਕੰਮ ਹੋਇਆ ਤੁਸੀਂ ਮੈਨੂੰ ਦੱਸੋ ਸੁਲਤਾਨਪੁਰ ਲੋਧੀ ਕੰਮ ਚੱਲ ਰਿਹਾ ਨਾ ਸਿੰਦਰ ਸਿੰਘ ਗਿੱਲ ਕੰਮ ਚੱਲਣਾ ਤੇ ਕੰਮ ਦੀ ਰਫਤਾਰ ਤੇ ਦੋ ਵੱਖਰੇ ਵੱਖਰੇ ਚੱਲੂਗਾ ਜੀ ਬਿਨਾ ਪੈਸੇ ਤੋਂ ਬਜਟ ਐਲੋਕੇਟ ਨਹੀਂ ਹੋਏਗਾ ਸਵਾਲ ਤੁਸੀਂ ਗਸਤ ਤੇ ਜਾ ਕੇ ਪਾਤਾ ਬਿਨਾ ਪੈਸੇ ਤੋਂ ਕਿਵੇਂ ਚੱਲਦੇ ਆ ਗਿੱਲ ਸਾਹਿਬ ਇਹਨੇ ਡਿਫੈਂਸਿਵ ਹੋਏ ਪਿਆ ਤੁਸੀਂ ਪਤਾ ਨਹੀਂ ਕਿਉਂ ਹੋਏ ਪਿਓ ਅਫਸਰ ਨੂੰ ਤੁਹਾਨੂੰ ਤਾਂ ਇੱਕ ਠੋਕ ਕੇ ਕਹਿਣਾ ਚਾਹੀਦਾ ਸਾਡੀ ਭਾਈ ਵਾਲਾ ਅਸੀਂ ਫੰਡ ਲੈ ਕੇ ਦੇਵਾਂਗੇ
ਤਾਂ ਤੁਸੀਂ ਇੱਕ ਠੋਕ ਕੇ ਗਿਣਤੀ ਦੀ ਵਾਰੀ ਤੇ ਕਹਿਤਾ ਜੀ ਤੇ ਉਹਨੂੰ ਤੁਸੀਂ ਕਿੰਨੀ ਵਾਰੀ ਤੇ ਕਹਿ ਗੱਲ ਕਹਿ ਦੀ 2 ਅਗਸਤ ਨੂੰ ਪਤਾ ਲੱਗੂਗਾ ਤੁਸੀਂ ਇਹ ਕਹੋ ਤੁਸੀਂ ਇਹ ਗੱਲ ਕਹੋ ਸਿੰਦਰ ਸਿੰਘ ਗਿੱਲ ਜੇ ਅਕਾਲੀ ਦਲ ਐਡਾ ਵੱਡਾ ਸਟੇਕ ਰੱਖਦਾ ਆਪਦਾ ਭਾਈਵਾਲ ਭਾਜਪਾ ਨਾਲ ਇਹ ਗੱਲ ਕਵੇ ਕਿ ਅਸੀਂ ਜੇ ਸਾਨੂੰ ਫੰਡ ਦੇ ਵਿੱਚ ਕੋਈ ਕਾਰਡ ਦਿਖੀ ਅਸੀਂ ਜਾਵਾਂਗੇ ਸਰਕਾਰ ਦੇ ਨਾਲ ਉੱਥੇ ਕੰਮ ਚੱਲ ਰਿਹਾ ਕੇਪੀ ਜੀ ਕੰਮ ਚੱਲ ਰਿਹਾ ਬਿਨਾਂ ਪੈਸੇ ਤੋਂ ਕੰਮ ਨਹੀਂ ਚੱਲਦੇ ਹੋਰ ਛੋਟਾ ਹੈ ਵਕਫਾ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਵਾਲ ਹੋਰ ਹੋਣਗੇ ਜ਼ਰੂਰ ਇਹ ਸਵਾਲ ਬੜੇ ਤਿੱਖੇ ਹੁੰਦੇ ਆ ਪਰ ਇਹਨਾਂ ਦੇ ਜਵਾਬ ਲੈਣੇ ਲਾਜ਼ਮੀ ਆ ਜੇ ਜਵਾਬ ਅੱਜ ਨਾ ਲਿੱਤੇ ਫਿਰ ਮੀਟਿੰਗਾਂ ਨੂੰ ਹੀ ਮੀਟਿੰਗਾਂ ਦੀ ਹੀ ਉਡੀਕ ਕਰਦੇ ਰਹਾਂਗੇ ਪ੍ਰਕਾਸ਼ਪੁਰ ਤੇ ਪੋਲਿਟਿਕਸ ਤੋਂ ਬ੍ਰੇਕ ਤੋਂ ਵਾਪਸ ਆ ਰਹੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ 550ਵਾਂ ਪ੍ਰਕਾਸ਼ਪੁਰ ਮਨਾਉਣ ਲਈ ਸਿਆਸਤ ਕਿਹੜੇ ਰਾਹ 'ਤੇ ਚੱਲ ਰਹੀ ਹੈ ਕੁਲਵੀਰ ਸਿੰਘ ਸਿੱਧੂ ਸਾਹਿਬ ਜੀ ਸੰਤ ਸਮਾਜ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਕਿਹਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਸਮਾਗਮ ਹੋਵੇ ਆਪਸ ਵਿੱਚ ਇੱਕ ਅੱਛਾ ਡਿਸੀਜਨ ਹੋਇਆ ਸੀਗਾ ਕਿ ਸਰਕਾਰ ਦੇ ਮੰਤਰੀ ਆ ਜਿਹੜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਸਾਰੇ ਪ੍ਰਬੰਧ ਕੀਤੇ ਜਾਣ ਕਿ SCPC ਆ ਇੱਕ ਮੰਚ 'ਤੇ ਕੰਮ ਕਰੇਗੀ ਬਹੁਤ ਵਧੀਆ ਸੁਨੇਹਾ ਗਿਆ ਸੀਗਾ ਹਰ ਚੀਜ਼ ਨੂੰ ਜ਼ਰੂਰੀ ਨਹੀਂ ਕਿ ਨਿੰਦਿਆ ਜਾਵੇ ਹੈਗੇ ਉਹ ਬਹੁਤ ਅੱਛਾ ਡਿਸੀਜਨ ਹੋਇਆ ਸੀ ਪਰ ਉਸ ਡਿਸੀਜਨ ਤੋਂ ਬਾਅਦ ਇਹੋ ਜਿਹੀ ਸਿਆਸਤ ਕਿਉਂ ਹੋ ਰਹੀ ਭਾਅ ਜੀ ਫਿਕਰ ਤਾਂ ਸਾਡੀ ਸਾਰੀ ਕੌਮ ਨੂੰ ਹੈ ਪਰ ਜਿਹੜਾ ਇੱਕ ਕੰਸਰਨ ਹੁੰਦਾ ਉਹਦੀ ਮੈਨੂੰ ਪੰਜਾਬੀ ਨਹੀਂ ਆਉਂਦੀ ਫਿਕਰ ਸਭ ਕਰਦੇ ਆ ਪਰ ਉਸ ਦੇ ਵਿੱਚ ਜਿਹੜਾ ਤੁਹਾਡਾ ਨਿਯਮਬੱਧਤਾ ਹੈ ਜਿਹੜੀ ਵਚਨਬੱਧਤਾ ਹੈ ਉਹ ਕੋਈ ਨਹੀਂ ਹੋ ਰਹੀ ਸਾਰੇ ਇਕੱਠੇ ਹੋ ਜਾਣੇ ਚਾਹੀਦੇ ਆ ਬਹੁਤ ਚੰਗੀ ਗੱਲ ਹੈ ਸਾਰੇ ਹੀ ਕਹੀ ਜਾਂਦੇ ਸਾਰਿਆਂ ਨੂੰ ਫਿਕਰ ਹੈ ਬਹੁਤ ਸੋਹਣਾ ਕੌਮੀ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਮਨਾਇਆ ਜਾਣਾ ਚਾਹੀਦਾ ਪਰ ਉਸ ਦੇ ਲਈ ਜਿਹੜਾ ਲਾਈਨਅਪ ਹੈ ਉਹ ਹੀ ਨਹੀਂ ਸਾਡਾ ਹੋ ਰਿਹਾ ਉਹ ਖਿਆਲਾਂ ਦੀ ਸਾਂਝ ਹੀ ਨਹੀਂ ਅੱਜ ਤੱਕ ਹੋ ਰਹੀ ਅਤੇ ਉਹ ਜਦੋਂ ਤੱਕ ਮੇਰੇ ਖਿਆਲ ਸਾਂਝ ਬਣਨੀ ਹੈ ਜਿਹੜਾ ਤੁਹਾਡਾ NRI ਵਰਗ ਹੈ ਉਹ ਤਾਂ ਮੇਰੇ ਖਿਆਲ ਵੈਸੇ ਹੀ ਅਲੱਗ ਥਲੱਗ ਪੈ ਜੂ ਅਤੇ ਫਿਰ ਉਹੀ ਸਿਚੁਏਸ਼ਨ ਹੈ ਕਿ ਉਹ ਕਹਿੰਦੇ ਅੱਛਾ ਜੇ ਪੰਜਾਬ ਵਿੱਚ ਇਹੀ ਕੁਛ ਹੋਣਾ ਤਾਂ ਅਸੀਂ ਲਹਿੰਦੇ ਪੰਜਾਬ ਨੂੰ ਸਾਰਾ ਕੁਛ ਦੇ ਦੇਣਾ ਇਸ ਨੂੰ ਸਮਝੋ ਜਿਹੜਾ ਹੈਗਾ ਤੁਸੀਂ ਬਜਟ ਪ੍ਰੋਵੀਜ਼ਨ ਜੇ ਆਪਸੀ ਇਹ ਠਿੱਬੀ ਮਾਰ ਭਾਵਨਾ ਨਾ ਹੋਵੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਭਾਵਨਾ ਨਾ ਹੋਵੇ ਤਾਂ ਬਿਲਕੁਲ ਫੰਡਸ ਦੀ ਕਮੀ ਨਹੀਂ ਅਦਰਵਾਈਜ਼ ਗਿੱਲ ਸਾਹਿਬ 30 ਕਰੋੜ ਰੁਪਇਆ 2 ਪੁਲਾਂ 'ਤੇ ਹੀ ਲੱਗ ਜਾਂਦਾ ਮੇਰੇ ਵੀਰੋ ਕੁਛ ਵੀ ਨਹੀਂ ਹੈ ਗਿੱਲ ਸਾਹਿਬ ਹਾਂਜੀ ਤੁਸੀਂ ਕੋਈ ਅਪੀਲ ਕਰ ਦਿਓ ਕਿ ਸਾਰੇ ਇਕੱਠੇ ਹੋ ਜਾਣ KP ਜੀ ਮੈਂ ਤਾਂ ਇੱਕੋ ਗੱਲ ਕਹਿਣੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਸੰਗਤ ਦੇ ਰੂਪ 'ਚ ਉੱਥੇ ਜਾਏਗੀ ਨਤਮਸਤਕ ਹੋਏਗੀ ਆਪਣੀ ਸੇਵਾ ਨਿਭਾਏਗੀ ਬਾਕੀ ਸਰਕਾਰਾਂ ਨੇ ਸਮੇਂ ਸਮੇਂ ਹਿਸਾਬ ਨਾਲ ਜਿਹੜੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਉਹ ਸਭ ਨਿਭਾਈਆਂ ਤੁਸੀਂ SCPC ਨੂੰ ਫਰੀ ਹੈਂਡ ਕਰ ਸਕਦੇ ਹੋ ਪ੍ਰਕਾਸ਼ਪੁਰ ਦੇ ਸਮਾਗਮਾਂ ਤੱਕ ਵੈਸੇ ਫਰੀ ਹੈਂਡ ਹੈ ਜੀ ਉਹਨਾਂ ਦੀ ਇੰਟਰਫੇਰੈਂਸ ਕੀ ਹੈ ਕੋਈ ਵੀ ਨਹੀਂ ਸਾਡੀ ਉਹਨਾਂ ਨਾਲ ਕੀ ਇੰਟਰਫੇਰੈਂਸ ਹੈ ਇਹ ਤਾਂ ਮੈਂ ਗੱਲਾਂ ਬਣਾਈਆਂ ਸਾਡੀ ਤਾਂ ਕੋਈ ਇੰਟਰਫੇਰੈਂਸ ਨਹੀਂ ਉਹਨਾਂ ਦੀ ਆਪਣੀ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਮੈਂਬਰ ਆਪਣੇ ਇਹ ਗੱਲਾਂ ਹੀ ਆ ਸਾਰੀਆਂ ਚਿੱਠੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਕੋਲੇ ਗੱਲਾਂ ਹੀ ਆ ਸਾਰੀਆਂ ਇਹ ਕਿਹੜੀ ਚਿੱਠੀ 3 ਪੇਜਾਂ ਦੀ ਚਿੱਠੀ ਸੁਖਜਿੰਦਰ ਸਿੰਘ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੇ ਕੋਈ ਇੰਨੀ ਪ੍ਰੋਬਲਮ ਸੀ ਤਾਂ 5-ਮੈਂਬਰੀ ਕਮੇਟੀ 'ਚੋਂ ਹੈਗੇ ਆ ਉੱਥੋਂ ਜਾ ਆਉਂਦੇ ਉਹਨਾਂ ਕੋਲ ਇਹ ਤਾਂ ਚਿੱਠੀ ਦੇ ਕੇ ਤੇ ਰਾਜਨੀਤੀ ਉਹਨਾਂ ਨੇ ਖੇਡੀ ਹੈ ਸਾਡੇ ਵੱਲੋਂ ਕੋਈ ਰਾਏ ਕੋਈ ਬਿਆਨ ਆਇਆ ਇਸ ਮਤਲਬ ਅਸੀਂ ਨਹੀਂ ਰਾਜਨੀਤੀ ਕਰਦੇ ਰਸਮਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਇਹ ਸਵਾਲ ਨਹੀਂ ਪੁੱਛਦੇ ਪਏ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਪੁੱਛਦੇ ਪਏ ਇਹਦਾ ਕੋਈ ਮਤਲਬ ਹੈ ਨਹੀਂ ਉਹਦੇ ਮੈਂਬਰ ਹੈਗੇ ਆ ਸੁਖਜਿੰਦਰ ਸਿੰਘ ਤੇ ਇਸ ਕਰਕੇ ਸ਼ਾਇਦ ਉਹਨਾਂ ਨੇ ਉਸ ਉੱਧਰ ਉਸ ਪਾਸੇ ਉਹਨਾਂ ਨੂੰ ਕਿਹਾ ਹੋਣਾ ਕਿ ਤੁਸੀਂ ਬਿਆਨ ਦਿਓ ਪਬਲਿਕਲੀ ਆਉਣ ਦੀ ਲੋੜ ਹੈਗੀ ਸੀ ਜੀ ਕੋਈ ਪਰ ਗੱਲ ਅਸਲ 'ਚ ਅਜੇ ਵੀ ਮੈਂ ਇਹ ਕਹਿੰਦਾ ਕਿ ਇਹਦੇ 'ਚ 2-13 ਹੈਗੀਆਂ ਆ SGPC ਨੂੰ ਇਹ ਇਕੱਲਾ ਆਪਣੇ ਹੀ ਜਿਹੜੇ ਆ ਨਾ ਅੰਦਰੂਨੀ ਜਿਹੜੇ ਸਾਰੇ ਬੰਦੇ ਹੈਗੇ ਆ ਉਹਨਾਂ ਤੱਕ ਹੀ ਇਹ ਗੱਲ ਨੂੰ ਸੀਮਿਤ ਨਹੀਂ ਰੱਖਣਾ ਚਾਹੀਦਾ ਔਰ ਭਾਵੇਂ ਉਹ ਸੰਤ ਸਮਾਜ ਆ ਭਾਵੇਂ ਕੋਈ ਹਿੰਦੂ ਖਾਸ ਕਰ ਜਿਹੜੇ ਪੰਜਾਬੀ ਆ ਉਹ ਜਿਹਦੇ 'ਚ ਜਿੰਨੇ ਵੀ ਫਿਰਕੇ ਆਉਂਦੇ ਆ ਲੋਕ ਆਉਂਦੇ ਆ ਜਿੰਨੇ ਵੀ ਵੱਧ ਤੋਂ ਵੱਧ ਉਹਨਾਂ ਦੇ ਨੁਮਾਇੰਦੇ ਇੱਕ ਵੱਡੀ ਕਮੇਟੀ ਬਣਾ ਕੇ ਉਹ ਆਪਣੇ ਤੌਰ 'ਤੇ ਲਗਾਤਾਰ ਉਹਨਾਂ ਨਾਲ ਕਮਿਊਨੀਕੇਸ਼ਨ ਰੱਖਣਾ ਚਾਹੀਦਾ ਤਾਂ ਕਿ ਉਹ ਵੱਧ ਤੋਂ ਵੱਧ ਇਸ ਗੱਲ ਨੂੰ ਅਪਣਾ ਕੇ ਉਹਦੇ 'ਚ ਜੋਸ਼ੋ ਖਰੋਸ਼ ਨਾਲ ਸ਼ਾਮਿਲ ਹੋਣ ਜੋ ਗੁਰੂ ਨਾਨਕ ਦੇਵ ਜੀ ਦਾ ਪੂਰੀ ਮਨੁੱਖਤਾ ਲਈ ਇੱਕ ਓਪਨ ਮੈਸੇਜ ਹੈਗਾ ਇੱਕ ਤਾਂ ਇਹ ਦੂਜੀ ਜਿਹੜੀ ਤਾਲਮੇਲ ਦੀ ਗੱਲ ਆ SGPC ਦਾ ਔਰ ਸਰਕਾਰ ਦਾ ਇਹਨਾਂ ਦੋਵਾਂ ਦੇ ਵਿੱਚ ਤੀਜੀ ਧਿਰ ਜੇ ਕਰੂਗੀ ਤਾਂ ਉਹ ਤਾਂ ਰਾਜਨੀਤੀ ਸਮਝੀ ਹੀ ਜਾਊਗੀ ਇਸ ਕਰਕੇ ਮੇਰਾ ਖਿਆਲ ਹੈ ਕਿ ਦੋਵੇਂ ਧਿਰਾਂ ਦੀ ਭਾਵੇਂ ਕਮੇਟੀ ਬਣੀ ਹੋਵੇ ਭਾਵੇਂ ਜਿਹੜੇ ਅਕਾਲ ਤਖਤ ਦੇ ਜਥੇਦਾਰ ਜਾਂ ਲੌਂਗੋਵਾਲ ਜੀ SGPC ਦੇ ਪ੍ਰਧਾਨ ਹੈਗੇ ਆ ਅਤੇ ਇੱਧਰੋਂ ਸਾਡੇ ਚੀਫ ਮਿਨਿਸਟਰ ਹੈਗੇ ਇਹ ਤਾਲਮੇਲ ਤੋਂ ਬਗੈਰ ਜਿਹੜਾ ਵੀ ਇੱਕ ਧਿਰ ਆਪਣੇ ਤੌਰ 'ਤੇ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰੂਗਾ ਦੂਜੇ ਨੂੰ ਇਹ ਲੱਗੂਗਾ ਹੀ ਲੱਗੂਗਾ ਕਿ ਮੈਨੂੰ ਥੱਲੇ ਲਾ ਰਿਹਾ ਇਸ ਕਰਕੇ ਇਸ ਗੱਲ ਦੀ ਕੋਈ ਵੀ ਨਹੀਂ ਗੁੰਜਾਇਸ਼ ਹੋਣੀ ਚਾਹੀਦੀ ਕਿ ਕੋਈ ਆਪਸ ਵਿੱਚ ਸ਼ੰਕੇ ਪੈਦਾ ਠੀਕ ਹੈ ਸਮਾਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਨੇ ਸੱਦਾ ਕਬੂਲ ਕਰ ਲਿਆ ਸਮਾਗਮਾਂ 'ਚ ਆਉਣ ਦਾ KP ਜੀ
आप जी दे सवाल तो आन तो पहले सद्दा कबूल कर ले हाँ या ना जवाब दे सकते ना सद्दा कबूल करन दा तो कोई सवाल ही नहीं वो प्रधानमंत्री उठे सद्दा कबूल कर ले कर ले जी कर उन्होंने पंजाब सरकार दा सद्दा कबूल लिया या श्रोमणी अकाली दल दे वफद दा सद्दा कबूल लिया देखिए मैं उस ते आ रहा हूं कि देखो ये सद्दा देन दा जे सरकार पंजाब सरकार भी देगी तो भी आऊंगा जिदा होने सुनारे साहब मेरा सवाल बड़ा स्पेसिफिक होता मन लिया वो जरूर आओगे मथा समागम दे लई सद्दा जड़ा कबूलिया वो पंजाब सरकार वालों कबूलिया गया जां श्रोमणी अकाली दल दी अगवाई दे वफद वाला कबूल मैनु तो साहब बड़ी दुख हो रहा है कि सद्दा किसी दी कोल जाओ ए सदा कादे वास्ते है उस महाम देखो मेरी गल बजट जेड़ा सी और जो फिगर जेड़े आने वाले होने जो फिगर दी गल कर रहे हो ए रोड मैप सी कंट्री नू किदा अगे ले जान दा हुण अपने सिद्धू साहब ने कहा कि साडी कौम वास्ते खाली कौम नहीं गुरु नानक नाम लेवा लोग उते सिंधी भी है उते हिंदू भी है सब वास्ते बहुत इंपोर्टेंट है तुसी एक और पॉइंट उठाया गिल साहब नु क्या कि 30 करोड़ जो असी इंटरिम देते सी ओदे दो पुल भी नहीं बनने सिद्धू साहब ए जेड़ा पैसा पुल बनाने वास्ते 168 करोड़ रुपीज हम जदों गलियारा दा मामला होया सी 168 करोड़ रुपीज इन्हां नू रिलीज हो चुके रहे पंजाब ने और पंजाब नू कहा सी कि कोई पैसे दी और लोड होए मैं वो फंक्शन की गल नहीं कर रहा जी इंफ्रास्ट्रक्चर की गल तुसी कर रहे हो प्रचार भारती नहीं वो SGPC देख ले होगा 168 करोड़ रुपीज पहले रिलीज हो चुके हैं सेंट्रल गवर्नमेंट द्वारा 30 करोड़ और लख्या और जिनी और लोड पाऊगी साड़ी सरकार जरा प्रधानमंत्री खुद नवे हो करके तुसी होने साडे प्रेडिसेसर बताया तुम प्रधानमंत्री नरेंद्र भाई मोदी ने तो गुरु नानक जी दा नाम अपने दिल ते बहुत ही बहुत नजदीक ठीक ठीक कुलवीर सिंह सिद्धू साहब एक आखिरी सवाल तुम करना चाहता हूं साहब जी असि इत्थे नहीं इकट्ठे हो रहे असि कहने पाकिस्तान नाल सांझ पाई जावे पाकिस्तान नाल लांघे दी गल जिहड़ी अगे वधे उस तो बाद होर साडे रिश्ते होर मजबूत होण व्यापारक रिश्ते हालांकि जिहड़ी दिल्ली दे विच सियासत है जां इस्लामाबाद विच सियासत है वह वक्री किस्म की हैगी है पर मैं दोनों पंजाबां दे बशिंदियां दी गल कर रहा वह कहिंदे वी साडा मोह प्यार होर वधे पर असीं इत्थे इत्थे नहीं इकट्ठे हो पा रहे तो मैसेज की जाऊगा ये तो ये प्रोग्राम तो पाकिस्तान के प्रवासियों ने भी देखने बाहर बैठे तो पाकिस्तान के लोगों ने भी देखने भारत के लोगों ने भी देखने तो भारतीय प्रवासियों ने भी देखने सिद्धू साहब अज तक दे तो जिहड़ी रूपरेखा बन रही है जी और जिथों तक गल पहुंची है वो है भी समस्या जिहड़ा साडा विषय जिहड़ा साडा सबजैक्ट है वो बहुत वड्डा है तो साडी सोच अजे तक बहुत छोटी है अज की घड़ी तो सौड़ी सोच से खड़े हैं नतीजा यदा यह निकलूगा कि गिल साहब ने जिमें कहा जो असं सारे अरदासा करते हैं कि बहुत वधिया समागम मनाए जाएंगे पर इन्हों का महत्व उदों खत्म हो जाए जो नानक तो नानक की फिलोसफी तीजे दिन भी ना अगे चली मूल सिद्धांत की गल नहीं होगी जो जी खर्चा थोड़ा बहुत वड्डा है कुलवीर सिंह आखिरी सवाल रसमजीत सिंह प्रकाशपुर के समागमों कि वोट बैंक की पॉलिटिक्स विपरीत हैगी बंदे धाड़वी हैगे इस किस्म की राजनीति हैगी खदेड़न दे वड्डे एक किस्म की उन्होंने आवाज सीगी संत साधु लगते जरूर सी पर बड़े इनकलाबी बड़े धड़ल्ले लड़ाई दिती उन्होंने और किरत की जोड़ी इज्जत की मेरा ख्याल एक लास्ट गल बड़ी इंपोर्टेंट जी रेज की है लेंदे पंजाब ते चढ़दे पंजाब लई एक गलवक्कड़ियां पाउण दा एक बड़ा तकड़ा ब्रिज बड़ा तकड़ा रस्ता हैगा आ और मेरा ख्याल है कि इस मौके नूं बिल्कुल नहीं खंजाउणा चाहीदा इहदे च भावें ओह कांग्रेस होवे भावें ओह अकाली दल होण भावें ओह SGPC होवे भावें कोई पंजाबी होवे भावें देश दा भावें विदेश दा उन्हां नूं छोटिया गलों छड के वड्डे दिल करके अगे आना चाहिए और हर हाल ही ले कोशिश करनी चाहिए कि एक वड्डा बहुत ही वड्डा इक्को ही प्रोग्राम होवे कि कोई पैरल प्रोग्राम ना शुरू हो चलो बहुत धन्यवाद रसमजीत सिंह सतिंदर सिंह गिल सनवारे साहब थोड़ा बहुत धन्यवाद कुलवीर सिंह सिद्धू साहब थोड़ा भी बहुत धन्यवाद सवाल बड़ा महत्वपूर्ण से प्रकाशपुर के पॉलिटिक्स क्यों इस सवाल के नाल जवाब यह है कि एक मंच से इकट्ठे होने की जरूरत है गुरु नानक साहब के फलसफे समझने की जरूरत है कि जो तिकर यह सियासत है छड़ी एक मंच से इकट्ठे
ਹੋ ਕੇ ਸਿਆਸਤ ਨੂੰ ਪਾਸੇ ਰੱਖ ਕੇ ਇਹ ਸਾਰੇ ਸਮਾਗਮਾਂ ਨੂੰ ਇਕੱਠੇ ਹੋ ਕੇ ਨਹੀਂ ਮਨਾਉਂਦੀ। ਇਸ ਮੰਚ ਤੋਂ ਅਪੀਲ ਅਸੀਂ ਕਰਦੇ ਰਵਾਂਗੇ, ਜਦੋਂ ਸਿਆਸਤ ਨੇ ਆਪਦੇ ਰਾਹ ਛੱਡਣ ਦੀ ਭੁੱਲ ਕੀਤੀ ਤਾਂ ਇਸ ਮੰਚ ਤੋਂ ਸਵਾਲ ਵੀ ਚੁੱਕੇ ਜਾਣਗੇ। ਜੇ ਸਵਾਲ ਚੁੱਕਦੇ ਰਵਾਂਗੇ ਤਾਂ ਇਹ ਸਿਆਸਤ ਹੈ, ਇਸ ਨੂੰ ਸਮਝ ਆ ਜਾਵੇਗੀ ਕਿ ਆਵਾਜ਼ ਉਠਾਉਣ ਵਾਲੇ ਹੈਗੇ ਹੈ, ਜਿਵੇਂ ਸੋਸ਼ਲ ਮੀਡੀਆ 'ਤੇ ਆਵਾਜ਼ ਚੁੱਕੀ ਜਾ ਰਹੀ ਹੈ ਕਿ ਇਹ ਸਿਆਸਤ ਨੂੰ ਬਖਸ਼ੋ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਸਮਝੋ। ਬਹੁਤ ਧੰਨਵਾਦ।